ਸਤਿ ਸ਼੍ਰੀ ਅਕਾਲ, ਮੈਂ ਅੰਮ੍ਰਿਤ ਵਿਰਦੀ ਅਤੇ ਜਸ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਅਤੇ ਵਿਲੱਖਣ ਸ਼ੋਅ ਪੰਜਾਬ ਬੋਲਦਾ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਇੱਕ ਨਵੇਂ ਵਿਸ਼ੇ ਦੀ ਗੱਲ ਕਰਦੇ ਹਾਂ ਅਤੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਅੱਜ ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟ ਫੋਨ ਦੀ, ਜਿਹੜਾ 2 ਸਾਲ ਬਾਅਦ ਆਖਿਰਕਾਰ ਸਰਕਾਰ ਨੇ ਹੌਸਲਾ ਕਰ ਹੀ ਲਿਆ ਹੈ ਕਿ ਜਿਹੜਾ ਫੋਨ ਹੈ ਪੰਜਾਬ ਦੀ ਜਨਤਾ ਨੂੰ ਦੇ ਦਿੱਤਾ ਜਾਵੇ, ਕਿਉਂਕਿ ਇਸ ਫੋਨ ਦਾ ਵਾਅਦਾ ਕਰਕੇ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕਰਕੇ ਜਿਹੜੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਅਤੇ ਬਹੁਤ ਸਾਰੇ ਨੌਜਵਾਨ ਵੋਟਰਾਂ ਨੇ ਇਸੇ ਕਰਕੇ ਵੋਟ ਪਾਈ ਸੀ ਕਿ ਸ਼ਾਇਦ ਸਮਾਰਟ ਫੋਨ ਜਿਹੜਾ ਸਰਕਾਰ ਬਣਦਿਆਂ ਹੀ ਮਿਲ ਜਾਵੇਗਾ। ਪਰ ਖੈਰ, ਇਹ ਸਰਕਾਰ ਬਣਨ ਤੋਂ 2 ਸਾਲ ਬਾਅਦ ਜਿਹੜਾ ਯਾਦ ਆਇਆ ਸਰਕਾਰ ਨੂੰ ਕਿ ਫੋਨ ਜਿਹੜਾ ਦੇ ਦਿੱਤਾ ਜਾਣਾ ਚਾਹੀਦਾ, ਜਾਂ ਫਿਰ ਇੰਝ ਕਹਿ ਲਓ ਕਿ 2019 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਹੁਣ ਨੇੜੇ ਆ ਗਈਆਂ ਨੇ ਅਤੇ ਸਰਕਾਰ ਇੱਕ ਵਾਰ ਫਿਰ ਤੋਂ ਨੌਜਵਾਨ ਵੋਟਰਾਂ ਨੂੰ ਲੁਭਾਉਣਾ ਚਾਹੁੰਦੀ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ, ਤੁਹਾਨੂੰ ਦੱਸ ਦਈਏ ਕਿ ਜਦੋਂ ਫੋਰਮ ਭਰਵਾਏ ਗਏ ਸੀਗੇ ਪੂਰੇ ਪੰਜਾਬ ਭਰ ਦੇ ਵਿੱਚ ਸਮਾਰਟ ਫੋਨ ਦੇ ਵਾਸਤੇ, ਉਸ ਵੇਲੇ ਕੋਈ ਖਾਸੀਆਂ ਸ਼ਰਤਾਂ ਜਿਹੜੀਆਂ ਸੀ ਉਹ ਨਹੀਂ ਰੱਖੀਆਂ ਗਈਆਂ ਸੀ। ਸਿਰਫ ਉਹਦੇ ਵਿੱਚ ਆਪਣਾ ਬਿਓਰਾ ਦੇਣਾ ਸੀਗਾ, ਆਪਣੀ ਇਨਕਮ ਦੱਸਣੀ ਸੀਗੀ। ਪਰ ਹੁਣ ਜਦੋਂ ਵਾਰੀ ਆਈ ਹੈ ਫੋਨ ਦੇਣ ਦੀ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਸਮਾਰਟਲੀ ਸਮਾਰਟ ਫੋਨ ਦੇਣ ਦੇ ਲਈ ਸਮਾਰਟ ਸ਼ਰਤਾਂ ਰੱਖ ਦਿੱਤੀਆਂ ਨੇ। ਸਭ ਤੋਂ ਪਹਿਲੀ ਸ਼ਰਤ ਜਿਹੜੀ ਹੈ, ਤੁਹਾਨੂੰ ਸਵੈ ਘੋਸ਼ਣਾ ਪੱਤਰ ਦੇਣਾ ਹੋਵੇਗਾ, ਯਾਨੀ ਕਿ ਇਹ ਪ੍ਰੂਫ ਕਰਨਾ ਹੋਵੇਗਾ ਕਿ ਅੱਜ ਤੱਕ ਤੁਸੀਂ ਸਮਾਰਟ ਫੋਨ ਯੂਜ਼ ਨਹੀਂ ਕੀਤਾ, ਫੋਨ ਜਿਹੜਾ ਹੈ ਉਹ 3G ਹੋਵੇਗਾ, ਅਤੇ ਨਾਲ ਹੀ ਨਾਲ ਆਪਣੀ ਫੈਮਿਲੀ ਦੀ ਇਨਕਮ ਦੱਸਣੀ ਹੋਵੇਗੀ। ਜੇ 6 ਲੱਖ ਰੁਪਏ ਤੋਂ ਘੱਟ ਹੋਵੇਗੀ ਪਰਿਵਾਰ ਦੀ ਇਨਕਮ, ਤਾਂ ਹੀ ਜਿਹੜਾ ਸਮਾਰਟ ਫੋਨ ਮਿਲੇਗਾ। ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਕੈਪਟਨ ਸਰਕਾਰ ਦੇ ਇਸ ਸਮਾਰਟ ਸਟੰਟ ਨੂੰ ਉਹ ਕਿਸ ਤਰ੍ਹਾਂ ਦੇਖ ਰਹੇ ਨੇ, ਅਤੇ ਜਿਹੜਾ ਸਮਾਰਟ ਫੋਨ ਦੇਣ ਦਾ ਹੁਣ ਫੈਸਲਾ ਕੀਤਾ ਹੈ, ਮੰਨਿਆ ਜਾ ਰਿਹਾ ਕਿ ਮਾਰਚ ਤੱਕ ਸਮਾਰਟ ਫੋਨ ਦੇਣੇ ਸ਼ੁਰੂ ਕਰ ਦਿੱਤੇ ਜਾਣਗੇ, ਨੌਜਵਾਨ ਕੀ ਕਹਿੰਦੇ ਨੇ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? ਮਾਈ ਨੇਮ ਇਜ਼ ਨਵਤਨ ਸਿੰਘ। ਨਵਤਨ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ ਨੇ ਆਖਿਰਕਾਰ 2 ਸਾਲ ਬਾਅਦ ਹੌਸਲਾ ਕਰ ਹੀ ਲਿਆ ਕਿ ਨੌਜਵਾਨਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਪਰ ਇਹ ਪ੍ਰੂਫ ਕਰਨਾ ਹੋਵੇਗਾ ਕਿ ਤੁਹਾਡੇ ਕੋਲ ਕਦੀ ਅੱਜ ਤੱਕ ਸਮਾਰਟਫੋਨ ਨਹੀਂ ਰਿਹਾ, ਕਿਸ ਤਰ੍ਹਾਂ ਦੇਖ ਰਹੇ ਹੋ ਫੈਸਲੇ ਨੂੰ? ਬਟ ਮੈਨੂੰ ਤਾਂ ਨਹੀਂ ਲੱਗਦਾ ਜੀ ਕੋਈ ਐਵੇਂ ਐਗਜ਼ਿਸਟ ਕਰਦਾ ਹੋਏਗਾ ਬੰਦਾ ਕਿ ਹਾਂ ਜਿਹਦੀ ਇਨਕਮ 6 ਲੱਖ ਤੋਂ ਘੱਟ ਹੈਗੀ ਹੈ, ਵੀ ਹੁਣ ਅੱਜ ਕੱਲ੍ਹ ਜਿਹੜਾ ਹੈ ਮਾਡਰਨਾਈਜ਼ ਜ਼ਮਾਨਾ ਹੈ ਜੀ, ਅਤੇ ਸਾਰੇ ਪੜ੍ਹੇ ਲਿਖੇ ਨੇ ਅਤੇ ਇਨਕਮਸ ਇੰਨੀਆਂ ਹੈਗੀਆਂ ਨੇ, ਮੈਨੂੰ ਲੱਗਦਾ ਵੀ ਘੱਟ ਹੋਣ ਦੀ ਹੈ ਇਨਕਮ, ਵੀ ਕਿਸੇ ਕੋਲ ਸਮਾਰਟਫੋਨ ਲੈਣ ਜੋਗੇ ਵੀ ਪੈਸੇ ਨਾ ਹੋ। ਅਤੇ ਦੂਜੀ ਗੱਲ ਜੀ, ਸਮਾਰਟਫੋਨ ਇੰਨੇ ਸਸਤੇ ਹੋ ਗਏ ਨੇ ਅਤੇ ਵੀ ਉਹ ਪੋਸੀਬਿਲਿਟੀ ਹੈਗੀ ਹੈ ਕਿ ਲੈ ਸਕਦੇ ਸਾਰੇ ਬੰਦੇ। ਅਤੇ ਇਹ ਦੂਜਾ ਕਹਿੰਦੇ ਨੇ ਵੀ ਇਹ 3G ਫੋਨ ਦੇ ਰਹੇ ਨੇ, ਉਹ ਤਾਂ ਫਿਰ ਆਊਟਡੇਟਿਡ ਟੈਕਨੋਲੋਜੀ ਹੋ ਗਈ, ਹੁਣ ਤਾਂ 4G ਅਤੇ 5G ਵੀ ਆਉਣ ਵਾਲਾ ਜੀ, ਅਤੇ ਫੋਨ ਮਤਲਬ ਉਹ ਯੂਜ਼ ਦਾ ਵੀ ਨਹੀਂ ਹੋਏਗਾ, ਅਤੇ ਮੈਨੂੰ ਪੋਸੀਬਿਲਿਟੀ ਵੀ ਨਹੀਂ ਲੱਗਦੀ ਵੀ ਕੋਈ ਐਵੇਂ ਦਾ ਬੰਦਾ ਐਗਜ਼ਿਸਟ ਕਰਦਾ ਹੋਏਗਾ ਵੀ ਜਿਹਨੂੰ ਸਮਾਰਟਫੋਨ ਦੀ ਲੋੜ ਹੋਏਗੀ, ਖਾਸ ਕਰਕੇ ਯੂਥ। ਹਾਂ, ਇਹ ਤਾਂ ਪੱਕੀ ਗੱਲ ਹੈ ਜੀ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਬਹੁਤ ਹੈ ਅਤੇ ਇੱਕ ਦੂਜੇ ਨੂੰ ਦੇਖ ਕੇ ਵੀ ਬੰਦੇ ਕੀ ਕਰਦੇ ਨੇ ਵੀ ਸੋਸ਼ਲ ਮੀਡੀਆ ਅਸੀਂ ਯੂਜ਼ ਕਰੀਏ, ਅਤੇ ਹਾਲਾਂਕਿ ਉਹਨਾਂ ਦੇ ਦਿਮਾਗ 'ਚ ਆਵੇ ਭਾਵੇਂ ਨਾ ਆਵੇ ਵੀ ਦੂਜੇ ਨੂੰ ਦੇਖ ਕੇ ਤਾਂ ਹੁੰਦਾ ਹੀ ਆ ਵੀ ਸੋਸ਼ਲ ਮੀਡੀਆ 'ਤੇ ਸਾਰੇ ਮਤਲਬ ਹੈਗੇ ਨੇ, ਅਕਾਊਂਟ ਬਣਾਏ ਹੋਏ ਨੇ, ਅਤੇ ਬੰਦਾ ਖੁਦ ਨੂੰ ਵੀ ਕਹਿੰਦਾ ਕਿ ਹਾਂ ਸਾਡਾ ਵੀ ਅਕਾਊਂਟ ਹੋਵੇ ਅਤੇ ਉਹ ਸਮਾਰਟਫੋਨ ਤਾਂ ਸਭ ਕੋਲ ਐਗਜ਼ਿਸਟ ਕਰ ਰਹੇ ਨੇ। ਦੂਜੀ ਗੱਲ, ਜਦੋਂ ਪਿੱਛੇ ਜੀ ਹੁਣ ਜਿਹੜੇ ਕੈਸ਼ ਦੇ ਨਾਲ ਡੀਮੋਨੀਟਾਈਜੇਸ਼ਨ ਹੋਈ ਸੀਗੀ, ਅਤੇ ਉਦੋਂ ਵੀ ਕੀ ਹੋਇਆ ਜੀ, ਜਿਹੜੇ ਪੈਸੇ ਘੱਟ ਹੋਣ ਕਰਕੇ ਜਿਹੜੀ ਟ੍ਰਾਂਜੈਕਸ਼ਨ ਸੀ ਸਾਰੀ ਔਨਲਾਈਨ ਸੀ, ਤਾਂ ਉਹਦੇ ਕਰਕੇ ਵੀ ਬੰਦੇ ਨੇ ਕਾਫੀ ਅਪਡੇਟ ਕਰਿਆ ਆਪਣੇ ਆਪ ਨੂੰ, ਅਤੇ ਉਹਨਾਂ ਨੂੰ ਈਵਨ ਕਿ ਟ੍ਰਾਂਜੈਕਸ਼ਨ ਨਹੀਂ ਵੀ ਕਰਨੀ ਆਉਂਦੀ ਸੀ ਤਦ ਵੀ ਉਹਨਾਂ ਨੇ ਖਰੀਦ ਕੇ ਉਹਨੂੰ ਸਿੱਖਿਆ, ਅਤੇ ਸਿੱਖਣ ਤੋਂ ਬਾਅਦ ਉਹਨਾਂ ਨੇ ਜਿਹੜੀ ਪੇਮੈਂਟਸ ਨੇ ਉਹ ਕਰੀਆਂ ਵੀ ਨੇ, ਕਿਉਂਕਿ ਉਹਨਾਂ ਕੋਲ ਕੈਸ਼ ਹੁੰਦਾ ਨਹੀਂ। ਅੱਜ ਕੱਲ੍ਹ ਮੈਨੂੰ ਲੱਗਦਾ ਅਸੀਂ ਵੀ ਬੜੇ ਕੈਸ਼ਲੈਸ ਹੋ ਗਏ ਹਾਂ, ਹਰ ਥਾਂ ਜਦੋਂ ਅਸੀਂ ਪੇਟੀਐਮ ਕਰਦੇ, ਮੋਬਾਈਲ ਬੈਂਕਿੰਗ ਕਰਦੇ ਹਾਂ। ਹਾਂਜੀ ਹਾਂਜੀ, ਬਹੁਤ ਮਤਲਬ ਹੁਣ ਅਸੀਂ ਨਹੀਂ ਯੂਜ਼ ਕਰਦੇ ਵੀ, ਕੈਸ਼ ਦਾ ਬਹੁਤ ਘੱਟ ਸਹਾਰਾ ਲਿਆ ਜਾਂਦਾ, ਈਵਨ ਕਿ ਕੈਸ਼ ਬਹੁਤ ਹੀ ਘੱਟ ਹੁੰਦਾ ਲੋਕਾਂ ਕੋਲ, ਪੇਟੀਐਮ ਦੀ ਬੜੀ ਵੱਡੀ ਫੈਸਿਲਿਟੀ ਆਈ ਹੋਈ ਹੈ। ਕੀ ਸਮਝਦੇ ਹੋ ਕਿ ਜਿਹੜਾ ਇਹ ਫਿਰ ਕੈਪਟਨ ਸਰਕਾਰ ਨੇ ਉਹ ਗੱਲ ਹੋ ਗਈ ਹੈ ਹਾਥੀ ਕੇ ਦਾਂਤ ਖਾਣੇ ਕੀ ਔਰ ਦਿਖਾਣੇ ਕੀ, ਔਰ ਪਹਿਲਾਂ ਕੁਝ ਹੋਰ ਸੀ ਹੁਣ ਸ਼ਰਤਾਂ ਲਾ ਦਿੱਤੀਆਂ, ਕਿਸ ਤਰ੍ਹਾਂ ਦੇਖਦੇ ਹੋ? ਜਦੋਂ ਕੋਈ ਡਿਸੀਜਨ ਦਿੰਦੇ ਨੇ ਕਿ ਹਾਂ ਵੀ ਇਹ ਚੀਜ਼ ਅਸੀਂ ਕਰਾਂਗੇ, ਬਟ ਉਸ ਤੋਂ ਉਸ ਟਾਈਮ 'ਤੇ ਕੋਈ ਰੂਲਸ ਰੈਗੂਲੇਸ਼ਨ ਨਹੀਂ ਹੁੰਦੇ, ਬਟ ਇਹ ਬਾਅਦ 'ਤੇ ਅਗਰ ਬਾਅਦ 'ਚ ਅਗਰ ਇਹ ਅਪਲਾਈ ਕਰਦੇ ਨੇ ਕਿ ਇਹ ਰੂਲਸ ਨੇ, ਇਹ ਰੈਗੂਲੇਸ਼ਨਸ ਨੇ, ਫਿਰ ਉਹਦੇ 'ਚ ਬੰਦੇ ਦੀ ਜਿਹੜੀ ਕਹਿ ਲਓ ਵੀ ਜਿਹੜੀ ਐਗਜ਼ਿਸਟੈਂਸ ਆ ਉਹ ਘੱਟ ਜਾਂਦੀ ਹੈ, ਵੀ ਹਾਂ ਉਹ ਬੰਦੇ ਮਤਲਬ ਉਸ ਰੂਲਸ ਔਰ ਕ੍ਰਾਈਟੀਰੀਆ ਨੂੰ ਮਤਲਬ ਫੁਲਫਿਲ ਹੀ ਨਹੀਂ ਕਰ ਪਾਉਂਦੇ ਹੈ।
ਬਹੁਤ ਸ਼ੁਕਰੀਆ। ਇਹਨਾਂ ਨੇ ਇੱਕ ਬੜੀ ਸਹੀ ਗੱਲ ਕਹੀ ਹੈ ਕਿ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਤਾਂ ਬਹੁਤ ਮੁਸ਼ਕਲ ਨੇ ਉਹ ਬੰਦੇ ਲੱਭਣੇ, ਖਾਸ ਕਰਕੇ ਉਹ ਨੌਜਵਾਨ ਲੱਭਣੇ ਜਿਨ੍ਹਾਂ ਦੇ ਕੋਲ ਸਮਾਰਟਫੋਨ ਨਹੀਂ ਹੋਵੇਗਾ। ਔਰ ਖਾਸ ਕਰਕੇ ਜਦੋਂ ਤੋਂ ਨੋਟਬੰਦੀ ਹੋਈ ਹੈ ਉਸ ਤੋਂ ਬਾਅਦ ਤਾਂ ਡਿਜੀਟਲਾਈਜੇਸ਼ਨ ਜਾਂ ਕਹਿ ਦਈਏ ਮੋਬਾਈਲ ਬੈਂਕਿੰਗ, ਮੋਬਾਈਲ ਦਾ ਇਸਤੇਮਾਲ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਗਿਆ। ਸਿਰਫ ਨੌਜਵਾਨ ਹੀ ਨਹੀਂ, ਸਾਡੇ ਪੇਰੈਂਟਸ ਵੀ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਜਿਹੜਾ ਇਸਤੇਮਾਲ ਕਰਨ ਲੱਗ ਗਏ ਨੇ। ਕੀ ਨਾਮ ਹੈ? ਗੁਰਵਿੰਦਰ ਸਿੰਘ ਢਕੋਲੀ। ਗੁਰਵਿੰਦਰ ਸਿੰਘ ਜੀ, ਕੈਪਟਨ ਸਰਕਾਰ ਨੇ ਫਾਰਮ ਭਰਵਾਏ ਸੀ, ਯਾਦ ਹੈ? ਹਾਂਜੀ ਹਾਂਜੀ, ਜਿਹੜੇ ਇਲੈਕਸ਼ਨ ਹੋਏ ਆ ਵਿਧਾਨ ਸਭਾ ਦੇ, ਇਸ ਤੋਂ ਪਹਿਲਾਂ ਇਹ ਵੱਡੇ ਜਿਹੜੀ ਮੁਹਿੰਮ ਚਲਾ ਕੇ ਨੌਜਵਾਨਾਂ ਨੂੰ ਤੋਂ ਜਿਹੜੇ ਫਾਰਮ ਭਰਾਏ ਗਏ ਸੀ ਕਿ ਤੁਹਾਨੂੰ ਸਮਾਰਟਫੋਨ ਦਿੱਤੇ ਜਾਣਗੇ। ਔਰ ਮੈਂ ਨਿੱਜੀ ਪੱਧਰ 'ਤੇ ਇਸ ਨੂੰ ਜਿਹੜਾ ਇੱਕ ਸਿਆਸੀ ਲਤੀਫੇ ਦਾ ਕਰਾਰ ਦਿੰਦਾ ਆ ਕਿ ਦੇਖੋ, ਤੁਹਾਨੂੰ ਜਿਹੜਾ ਨੌਜਵਾਨਾਂ ਨੂੰ ਵੀ ਇਹ ਜਿਹੜੀ ਜਨਤਾ ਨੂੰ ਔਰ ਨੌਜਵਾਨਾਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਇਹ ਪ੍ਰਬੰਧ ਹੈ ਕੀ ਔਰ ਕਿਸ ਤਰ੍ਹਾਂ ਕੰਮ ਕਰ ਰਿਹਾ ਆ। ਤੁਹਾਨੂੰ ਜਿਹੜਾ ਹੈਗਾ ਆ ਸਿੱਖਿਆ ਤੋਂ, ਹੈਲਥ ਤੋਂ ਔਰ ਰੋਜ਼ਗਾਰ ਤੋਂ ਦੂਰ ਕਰਕੇ, ਜਿਹੜਾ ਉਹ ਮੁੱਦੇ ਨੇ ਜਿਹੜੇ ਤੁਹਾਡੇ ਮੁੱਖ ਮੁੱਦੇ ਨੇ, ਉਹਨਾਂ ਤੋਂ ਤੁਹਾਨੂੰ ਭਰਮਾ ਕੇ ਕਿਸੇ ਹੋਰ ਮੁੱਦਿਆਂ ਦੇ ਵਿੱਚ ਬਿਜ਼ੀ ਕਰਿਆ ਜਾ ਰਿਹਾ ਹੈਗਾ ਆ। ਇਹ ਸਿਆਸਤ ਦੀ ਜਿਹੜੀ ਚਾਲ ਹੈਗੀ ਹੈ ਇਹ ਸਮਝਣੀ ਬਹੁਤ ਜ਼ਰੂਰੀ ਹੈਗੀ ਆ ਕਿ ਤੁਹਾਡੇ ਰੁਜ਼ਗਾਰ ਦੀ, ਤੁਹਾਡੀ ਸਿੱਖਿਆ ਦੀ, ਤੁਹਾਡੇ ਹੈਲਥ ਦੀ, ਤੁਹਾਡੇ ਰੁਜ਼ਗਾਰ ਦੀ ਕੋਈ ਗੱਲ ਨਹੀਂ ਕਰੀ ਜਾ ਰਹੀ। ਉਸ ਦੀ ਜਗ੍ਹਾ ਦੇ ਉੱਤੇ ਤੁਹਾਨੂੰ ਜਿਹੜਾ ਹੈਗਾ ਆ ਕੁਝ ਜਿਹੜੇ ਸਮਾਰਟਫੋਨ ਦੇ ਕੇ ਜਾਂ ਉਸ ਤਰ੍ਹਾਂ ਦੀਆਂ ਚੀਜ਼ਾਂ ਦੇ ਕੇ ਤੁਹਾਨੂੰ ਜਿਹੜੇ ਹੈਗੇ ਤੁਹਾਡੀ એનર્ਜੀ ਨੂੰ ਔਰ ਤੁਹਾਡੇ ਧਿਆਨ ਨੂੰ ਜਿਹੜਾ ਭਟਕਾ ਕੇ ਉਸ ਨੂੰ ਅਲੱਗ ਕਰਿਆ ਜਾ ਰਿਹਾ, ਤੁਹਾਨੂੰ ਜਿਹੜਾ ਟੀਚਿਆਂ ਤੋਂ ਦੂਰ ਕਰਿਆ ਜਾ ਰਿਹਾ ਔਰ ਤੁਹਾਡੇ ਟੀਚਿਆਂ ਨੂੰ ਬਦਲਿਆ ਜਾ ਰਿਹਾ ਹੈਗਾ ਆ, ਤਾਂ ਕਿ ਜਿਹੜਾ ਸਟੂਡੈਂਟ ਯੂਥ ਹੈਗਾ ਆ ਉਹੀ ਜਿਹੜਾ ਹੈਗਾ ਸਮਾਜ ਨੂੰ ਬਦਲ ਸਕਦਾ ਆ, ਉਸੇ ਨੂੰ ਹੀ ਇਸ ਤਰ੍ਹਾਂ ਦੀ ਐਕਟੀਵਿਟੀਆਂ ਦੇ ਵਿੱਚ ਉਲਝਾ ਜਾਣਾ ਮੇਨ ਮਕਸਦ ਹੈਗਾ ਆ। ਦੂਜਾ ਜਿਹੜੀ ਆਪਾਂ ਗੱਲ ਕਰਦੇ ਹਾਂ, ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਆਪਾਂ ਘਰ ਘਰ ਨੌਕਰੀਆਂ ਦੇਵਾਂਗੇ, ਸਮਾਰਟਫੋਨ ਦਿੱਤਾ ਜਾਵੇਗਾ, ਉਹ 2 ਸਾਲ ਹੋ ਗਏ ਆ ਸਰਕਾਰ ਬਣੀ ਨੂੰ ਪੰਜਾਬ ਦੇ ਵਿੱਚ, ਹੁਣ ਕਿਉਂ ਇੱਕਦਮ ਯਾਦ ਆ ਗਿਆ ਕੈਪਟਨ ਸਰਕਾਰ ਨੂੰ? ਕਿਉਂਕਿ ਹੁਣੇ ਪਿਛਲੇ ਦਿਨ ਜਿਹੜੀ ਹੈਗੀ ਆ ਮੋਦੀ ਦੀ ਰੈਲੀ ਹੋ ਕੇ ਹਟੀ ਆ ਗੁਰਦਾਸਪੁਰ ਦੇ ਵਿੱਚ, ਚੋਣਾਂ ਜਿਹੜੀਆਂ 2019 ਦੀਆਂ, ਜਿਹੜਾ ਵੱਡਾ ਇਵੈਂਟ ਹੈਗਾ ਲੋਕ ਸਭਾ ਚੋਣਾਂ ਦਾ ਮੁੱਦਾ ਜਿਹੜਾ ਭਖਿਆ ਹੋਇਆ ਹੈਗਾ ਆ। ਸੋ ਉਸ ਨੂੰ ਦੇਖਦੇ ਹੀ ਇਹ ਦੁਬਾਰੇ ਜਿਹੜਾ ਹੈਗਾ ਆ ਉਹਨਾਂ ਚੋਣਾਂ ਨੂੰ ਦੁਬਾਰੇ ਉਸ ਦੇ ਵਿੱਚ ਉਹਨੂੰ ਕਰਨ ਦੇ ਲਈ ਇਹ ਇੱਕ ਦੁਬਾਰੇ ਲਤੀਫਾ ਛੱਡੇਗਾ, ਹਾਲੇ ਦੇਣੇ ਦਏ ਨਹੀਂ ਕਿਸੇ ਨੂੰ, ਦਿੱਤੇ ਵੀ ਅਸੀਂ ਦੇ ਦਾਂਗੇ, ਸੋ ਇਹ ਲਤੀਫਾ ਛੱਡਿਆ ਗਿਆ 2019 ਦੀ ਲੋਕ। ਪਹਿਲਾਂ ਜਿਹੜਾ ਹੈ ਉਹ ਪੂਰਾ ਉਹਨਾਂ ਦਾ ਬਿਊਰਾ ਲਿਆ ਜਾਵੇਗਾ ਕਿਹੜੇ ਜਿਹੜੇ ਉਹ ਕ੍ਰਾਈਟੀਰੀਆ ਪੂਰਾ ਕਰਦੇ ਨੇ, ਔਰ ਮੈਨੂੰ ਲੱਗਦਾ ਨਹੀਂ ਕਿ ਸ਼ਾਇਦ ਕੋਈ ਉਹ ਪੂਰਾ ਕਰ ਪਾਵੇਗਾ ਕਿ ਜਿਹੜਾ ਸਾਬਿਤ ਕਰ ਦੇ ਕਿ ਮੈਂ ਕਦੇ ਸਮਾਰਟਫੋਨ ਯੂਜ਼ ਨਹੀਂ ਕੀਤਾ। ਗੁਰਵਿੰਦਰ, ਵਾਕਈ ਸਮਝਦੇ ਹੋ ਕਿ ਪੰਜਾਬ ਦੇ ਵਿੱਚ ਸਮਾਰਟਫੋਨ ਇੱਕ ਮੁੱਦਾ ਵਾ, ਹੋਣਾ ਚਾਹੀਦਾ ਜਾਂ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ? ਦੇਖੋ, ਮੈਂ ਕਹਿੰਦਾ ਵੀ ਸਮਾਰਟਫੋਨ ਜਾਂ ਲੈਪਟੋਪ ਹੈਗੇ ਆ ਉਹਨਾਂ ਬੱਚਿਆਂ ਨੂੰ ਜਿਹੜੇ ਨੀਡੀ ਹੈਗੇ ਆ ਜਾਂ ਦਲਿਤ ਪਰਿਵਾਰਾਂ ਤੋਂ ਆ ਜਾਂ ਜਿਨ੍ਹਾਂ ਦੀ ਇਨਕਮ ਲੋਅ ਆ, ਜਿਹੜੇ ਤਕਨੀਕੀ ਸਿੱਖਿਆ ਲੈ ਰਹੇ ਨੇ ਪਰ ਉਹ ਜਿਨ੍ਹਾਂ ਦੇ ਲੋੜ ਹੈਗੀ ਆ ਉਸ ਚੀਜ਼ ਦੀ, ਜਿਨ੍ਹਾਂ ਦੀ ਸਿੱਖਿਆ ਪ੍ਰਣਾਲੀ ਉਸ ਪ੍ਰਬੰਧ ਦੇ ਵਿੱਚ ਹੈਗੀ ਆ, ਜਾਂ ਜਿਹੜੇ MCA ਦੇ ਸਟੂਡੈਂਟ ਆ, ਟੈਕਨੀਕਲ ਫੀਲਡ ਦੇ ਸਟੂਡੈਂਟ ਹੈਗੇ ਆ ਜਿਹੜੇ ਉਹ ਨਹੀਂ ਖਰੀਦ ਪਾ ਸਕ ਰਹੇ ਹੈਗੇ ਆ, ਉਹਨਾਂ ਨੂੰ ਦੇਣੇ ਜ਼ਰੂਰੀ ਹੈਗੇ ਆ। ਮੈਂ ਚਾਹੁੰਦਾ ਵੀ ਉਹਨਾਂ ਨੂੰ ਦਏ ਜਾਣ ਜਿਹੜੇ, ਹਾਂ, ਲੈਪਟੋਪ ਹੈਗੇ ਆ ਜਾਂ ਸਮਾਰਟਫੋਨ ਹੈਗੇ ਜਿਨ੍ਹਾਂ ਨੂੰ ਜ਼ਰੂਰਤ ਹੈਗੀ ਆ ਸਿੱਖਿਆ ਦੇ ਵਿੱਚ, ਜਿਨ੍ਹਾਂ ਨੂੰ ਇਸ ਕੰਮ ਦੀ ਜ਼ਰੂਰਤ ਹੈਗੀ ਆ ਉਹਨਾਂ ਨੂੰ ਦੇਣੇ ਜ਼ਿਆਦਾ ਜ਼ਰੂਰੀ ਹੈਗੇ ਆ। ਬਹੁਤ ਬਹੁਤ ਸ਼ੁਕਰੀਆ। ਕੀ ਨਾਮ ਹੈ? ਕੀ ਨਾਮ ਹੈ? ਦਵਿੰਦਰਜੀਤ ਸਿੰਘ। ਦਵਿੰਦਰ ਜੀ, ਤੁਹਾਡੇ ਇਹਨਾਂ ਨੇ ਗੱਲ ਬੜੀ ਸਹੀ ਕਹੀ ਕਿ ਵਾਕਈ ਦੇ ਵਿੱਚ ਜਿਨ੍ਹਾਂ ਨੂੰ ਜੇਕਰ ਜ਼ਰੂਰਤ ਹੈ ਤਾਂ ਦਿੱਤੇ ਜਾਣ। ਤੁਹਾਡੇ ਕੋਲ ਫੋਨ ਹੈ? ਹਾਂਜੀ। ਕਿੰਨੇ ਸਾਲ ਤੋਂ ਹੈ? ਮੇਰੇ ਕੋਲ ਪਿਛਲੇ 7-8 ਸਾਲ ਤੋਂ ਹੈ। 7-8 ਸਾਲ ਤੋਂ। ਔਰ ਮੈਨੂੰ ਲੱਗਦਾ ਕਿ ਹਰ ਕਿਸੇ ਨੌਜਵਾਨ ਦਾ ਇਹੀ ਹਾਲ ਹੈ ਕਿ ਉਹ ਪਿਛਲੇ ਕਾਫੀ ਸਾਲਾਂ ਤੋਂ ਆਪਣੇ ਕੋਲ ਫੋਨ ਰੱਖ ਰਿਹਾ ਔਰ ਅਸੀਂ ਇੰਨੇ ਕੁ ਹੈ ਕਿ ਅਸੀਂ ਆਪਣਾ ਫੋਨ ਲੈ ਸਕਦੇ ਹਾਂ। ਹਾਂਜੀ ਹਾਂ, ਅੱਜ ਕੱਲ੍ਹ ਹਰੇਕ ਕੋਲ ਹੈਗਾ ਕਿ ਕੋਈ ਵੀ ਮਤਲਬ ਕਿ ਸਮਾਰਟਫੋਨ ਸਸਤੇ ਹੋਏ ਹੋਏ ਹੈ ਤਾਂ ਹਰੇਕ ਕੋਈ ਉਸਨੂੰ ਲੈ ਸਕਦਾ ਫੋਨ ਅਤੇ ਉਹਨੂੰ ਯੂਜ਼ ਵੀ ਕਰਦਾ ਪਿਆ ਹੈ। ਕੀ ਲੱਗਦਾ ਕਿ ਪੰਜਾਬ ਦੇ ਵਿੱਚ ਬਾਕੀ ਮੁੱਦੇ ਜਿਹੜੇ ਆ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਇਹ ਫੋਨਾਂ ਦੀ ਰਾਜਨੀਤੀ ਦੇ ਉੱਪਰ ਜਿਹੜਾ ਹੈ ਉਹ ਨੌਜਵਾਨਾਂ ਨੂੰ ਭਰਮਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਹਾਂਜੀ ਹਾਂ, ਇਹ ਮਤਲਬ ਕਿ ਇੱਕ ਫੋਨ ਦਾ ਇੱਕ ਲਾਲਚ ਦੇ ਕੇ ਉਹਨਾਂ ਤੋਂ ਮਤਲਬ ਕਿ ਆਪਣਾ ਵੋਟ ਬੈਂਕ ਬਣਾਉਣ ਦੇ
ਉਹਦੀ ਕੋਸ਼ਿਸ਼ ਕੀਤੀ ਹੈ ਜੀ। ਬਸ ਸਰਕਾਰਾਂ ਤਾਂ ਹਮੇਸ਼ਾ ਤੋਂ ਇਦਾਂ ਕਰਦੀਆਂ ਆਈਆਂ ਨੇ ਕਿ ਸਰਕਾਰਾਂ ਦਾ ਕੰਮ ਲਾਲਚ ਦੇਣਾ ਹੀ ਹੁੰਦਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਦਾਂ ਦੀਆਂ ਜਦੋਂ ਲਾਲਚ ਦੇਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਖੁਦ ਹੀ ਉਹਨੂੰ ਪਰੇ ਕਰਨ ਅਤੇ ਆਪਣੀ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਨੇ ਉਹਨਾਂ ਬਾਰੇ ਗੱਲ ਕਰਨ, ਉਹ ਮੰਗ ਰੱਖਣ? ਨਹੀਂ, ਉਹ ਤਾਂ ਹੁਣ ਜਨਤਾ ਨੂੰ ਆਪ ਚਾਹੀਦਾ ਹੈ ਕਿ ਵੀ ਜਨਤਾ ਨੂੰ ਅਵੇਅਰ ਹੋਣਾ ਚਾਹੀਦਾ, ਅਵੇਅਰਨੈਸ ਆਪ ਹੋਣਾ ਚਾਹੀਦਾ ਕਿ ਸਾਡੀ ਵੀ ਕੋਈ ਮਤਲਬ ਕਿ ਜੋ ਸਾਡੀ ਲੋੜਾਂ ਨੇ ਅਸੀਂ ਉਹਨਾਂ ਨੂੰ ਪਹਿਲਾਂ ਫੁਲਫਿਲ ਕਰੀਏ, ਬਲਕਿ ਸਮਾਰਟਫੋਨ ਤਾਂ ਬਾਅਦ 'ਚ ਵੀ ਅਸੀਂ ਲੈ ਸਕਦੇ ਨੇ, ਮੈਨੂੰ ਲੱਗਦਾ ਕਿ ਸਭ ਕੋਲ ਹੈ ਹੀ। ਹਾਂਜੀ ਹਾਂ, ਇਹ ਸਭ ਕੋਲ ਹੈ। ਸ਼ੁਕਰੀਆ, ਕੁਛ ਕਹਿਣਾ ਚਾਹ ਰਹੇ ਹੋ? ਹਾਂਜੀ ਮੈਮ, ਮੈਂ ਇਹ ਗੱਲ ਕਹਿਣਾ ਚਾਹੁੰਦਾ, ਇਹ ਤਾਂ ਚਲੋ ਸਮਾਰਟਫੋਨ ਦੀ ਗੱਲ ਹੋ ਗਈ, ਇਹ ਤਾਂ ਸਾਰਿਆਂ ਕੋਲ ਅਵੇਲੇਬਲ ਹੈਗਾ ਹੈ, ਨਹੀਂ ਵੀ ਹੈਗਾ ਤਾਂ ਮਤਲਬ ਇਹ ਜ਼ਿਆਦਾ ਕੋਸਟ ਨਹੀਂ ਹੈਗੀ, 5-10 ਹਜ਼ਾਰ 'ਚ ਇਹ ਮਿਲ ਜਾਂਦਾ। ਬਟ ਜਿਹੜਾ ਮੇਨ ਮੁੱਦਾ ਹੈ ਜੀ, ਮਤਲਬ ਮੈਂ ਜਿਹਨੂੰ ਸਮਝਦਾ ਅੱਜ ਤੱਕ, ਮੈਂ ਮਤਲਬ ਚਾਹੁੰਦਾ ਸੀ ਮੈਂ ਕਿਸੇ ਮੀਨਸ ਦੇ ਥਰੂ ਮੈਂ ਇਹ ਮਤਲਬ ਵੀ ਜਨਤਾ ਨੂੰ ਵੀ ਜਾਂ ਜਿੰਨੇ ਵੀ ਪੋਲੀਟੀਕਲ ਹੈਗੇ ਨੇ ਅਤੇ ਉਹਨਾਂ ਨੂੰ ਮੈਂ ਦੱਸਾਂ ਕਿ ਮੈਂ ਇਹ ਕਹਿ ਰਿਹਾ ਕਿ ਵੀ ਜਿਵੇਂ ਹੁਣ ਕੋਈ, ਪਹਿਲੀ ਗੱਲ ਤਾਂ ਗੌਰਮੈਂਟ ਜੋਬਸ ਹੈ ਨਹੀਂ, ਗੌਰਮੈਂਟ ਜੋਬਸ ਅਗਰ ਹੈਗੀਆਂ ਨੇ ਕਿਸੇ ਵਿਰਲੇ ਦੀ ਲੱਗ ਵੀ ਜਾਂਦੀ ਹੈ ਜੀ, ਇਹਨਾਂ ਨੇ ਪ੍ਰਵੇਸ਼ਨ ਪੀਰੀਅਡ ਰੱਖਿਆ ਹੋਇਆ। ਪ੍ਰਵੇਸ਼ਨ ਪੀਰੀਅਡ ਇਹ ਨਹੀਂ ਕਿ ਵੀ 1 ਸਾਲ ਦਾ, 1.5 ਸਾਲ ਦਾ, 3 ਸਾਲ ਦਾ ਪ੍ਰਵੇਸ਼ਨ ਪੀਰੀਅਡ ਹੈ ਜੀ। ਹੁਣ ਇਹ ਵੀ ਜ਼ਰੂਰੀ ਨਹੀਂ ਕਿ ਕਿਸੇ ਬੰਦੇ ਦੀ ਆਪਣੇ ਹੀ ਏਰੀਆ ਦੇ ਵਿੱਚ ਜੋਬ ਲੱਗੇ, ਉਹ ਜ਼ਰੂਰੀ ਨਹੀਂ ਕਿ ਉਹ ਆਪਣਾ ਲੋਕਲ ਹੋਵੇ ਉੱਥੇ ਦਾ। ਮਤਲਬ ਮੈਂ ਕਹਿੰਦਾ ਵੀ 70% ਜੋਬਸ ਜਿਹੜੀਆਂ ਨੇ ਜੀ ਉਹ ਸਾਰੀਆਂ ਬਾਹਰ ਹੀ ਲੱਗਦੀਆਂ ਨੇ। ਮਤਲਬ ਤੁਸੀਂ ਇਹ ਲਾ ਲਓ ਵੀ ਹੋਮ ਸਟੇਟ ਜਾਂ ਤੁਸੀਂ ਇਹ ਲਾ ਲਓ ਹੋਮ ਟਾਊਨ 'ਚ ਨਹੀਂ, ਇਹ ਕਹਿਣਾ ਚਾਹੁੰਦੇ ਕਿ ਪ੍ਰਵੇਸ਼ਨ ਪੀਰੀਅਡ ਘੱਟ ਹੋਣਾ ਚਾਹੀਦਾ, ਹੋਮ ਟਾਊਨ 'ਚ ਨਹੀਂ ਹੁੰਦੀ। ਹੁਣ ਇਹ ਕਹਿੰਦੇ ਨੇ ਅਸੀਂ ਸਿਰਫ ਬੇਸਿਕ ਸੈਲਰੀ ਦੇਵਾਂਗੇ, ਬੇਸਿਕ ਸੈਲਰੀ ਹੈਗੀ 15-600 ਜਾਂ ਕੁਛ ਵੀ, ਜੇ ਵੀ ਪੇ ਸਕੇਲ ਦੇ ਅਕੋਰਡਿੰਗਲੀ ਇਹ ਚੱਲਦੀ ਹੈ ਨਾ ਜੀ। ਹੁਣ ਇੱਕ ਤੁਸੀਂ ਰੈਂਟ ਦਾ ਹੀ ਖਰਚਾ ਦੇਖ ਲਓ, ਤੁਸੀਂ ਜੇ ਰੈਂਟ 'ਤੇ ਰੂਮ ਵੀ ਲੈਂਦੇ ਹੋ ਨਾ 5,000 ਦਾ ਹੀ ਹੋਈ ਹੈ ਜੀ। ਅਤੇ ਦੂਜੀ ਗੱਲ, ਹੁਣ ਉਹ ਜੋਬ ਕਰਦਾ ਆਪਣੀ ਫੈਮਿਲੀ ਦੇ ਲਈ ਕਰਦਾ, ਕੁਛ ਫੈਮਿਲੀ ਦੇ ਲਈ ਵੀ ਭੇਜੇਗਾ ਉੱਥੋਂ, ਤਾਂ 5-10 ਹਜ਼ਾਰ 'ਚ ਅੱਜ ਕੱਲ੍ਹ ਆਉਂਦਾ ਕੁਛ ਨਹੀਂ ਜੀ। 10 ਹਜ਼ਾਰ ਉੱਥੇ ਗਿਆ, 5 ਹਜ਼ਾਰ ਆਪਣਾ ਰੈਂਟ ਪੇ ਕਰਤੇ ਜੀ, ਬੰਦੇ ਕੋਲ ਤਾਂ ਕੁਛ ਵੀ ਨਹੀਂ ਬਚਿਆ ਜੀ, ਅਤੇ ਉਹ ਬੰਦਾ ਆਪ ਰੋਟੀ ਖਾਏਗਾ ਕਿਵੇਂ? ਮੈਂ ਚਾਹੁੰਦਾ ਜੀ ਇਸ ਦੇ ਉੱਪਰ ਕੰਮ ਕਰਿਆ ਜਾਵੇ, ਇਹ ਫਾਲਤੂ ਦੇ ਜਿਹੜੇ ਲਾਲਚ ਨੇ ਜਾਂ ਕੁਛ ਨਾ ਦਿਆ ਜਾਵੇ। ਮੈਂ ਕਹਿੰਦਾ ਵੀ ਜੋ ਵੀ, ਹੁਣ ਮੈਂ ਕਿਸੇ ਦੀ ਫੇਵਰ ਦੀ ਗੱਲ ਨਹੀਂ ਕਰਦਾ, ਜੋ ਵੀ ਪੋਲੀਟੀਕਲੀ ਮਤਲਬ ਸਿਲੈਕਟ ਹੋ ਕੇ ਆਵੇ, ਐਟਲੀਸਟ ਪਹਿਲਾਂ ਉਹਦਾ ਕਦਮ ਆਹੀ ਹੋਣਾ ਚਾਹੀਦਾ ਵੀ ਭਾਈ ਪ੍ਰਵੇਸ਼ਨ ਪੀਰੀਅਡ ਖਤਮ ਕਰ ਦਿਓ, ਪ੍ਰਵੇਸ਼ਨ ਪੀਰੀਅਡ ਖਤਮ ਕਰੋ। ਹੁਣ ਤੁਸੀਂ ਕੰਮ 3 ਸਾਲ ਉਨਾ ਹੀ ਲਿਆ ਜਿੰਨਾ ਉਹਨੇ ਬਾਅਦ 'ਚ ਕਰਨਾ, ਜਿੰਨਾ ਉਹਨੇ ਬਾਅਦ 'ਚ ਕਰਨਾ ਹੈ ਕੰਮ, ਤੁਸੀਂ ਉਨਾ ਹੀ ਲਿਆ 3 ਸਾਲ, ਬਟ ਉਹਦੀ ਜਿੰਨਾ ਹੱਕ ਬਣਦਾ ਸੀਗਾ ਤੁਸੀਂ ਉਹ ਦਿੱਤਾ ਹੀ ਨਹੀਂ। ਸ਼ੁਕਰੀਆ, ਬਿਲਕੁਲ ਇਹ ਸਹਾਲ ਸਿਰਫ ਇਹਨਾਂ ਦਾ ਨਹੀਂ ਹੈ ਬਲਕਿ ਬਹੁਤ ਸਾਰੇ ਨੌਜਵਾਨਾਂ ਦੀ ਇਹ ਗੱਲ ਹੈ ਕਿ ਬਹੁਤ ਕੰਮ ਤਾਂ ਉਹਨਾਂ ਤੋਂ ਲਿਆ ਜਾਂਦਾ ਪਰ ਬਣਦਾ ਜਿਹੜਾ ਮਿਹਨਤਾਨਾ ਉਹਨਾਂ ਦਾ ਉਹਨਾਂ ਨੂੰ ਨਹੀਂ ਮਿਲਦਾ। ਸੋ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਹੈ, ਪੰਜਾਬ ਦੇ ਨੌਜਵਾਨ ਨੇ ਜਿਹੜੇ ਕੈਪਟਨ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਨੇ, ਸਿਰਫ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਬਲਕਿ ਹਰ ਇੱਕ ਸਰਕਾਰ ਚਾਹੇ ਕੇਂਦਰ ਦੀ ਹੋਵੇ ਪੰਜਾਬ ਦੀ, ਇਹ ਕਹਿਣਾ ਚਾਹੁੰਦੇ ਨੇ ਕਿ ਨੌਜਵਾਨਾਂ ਨੂੰ ਇਹਨਾਂ ਛੋਟੇ ਮੋਟੇ ਲਾਲਚਾਂ ਦੇ ਵਿੱਚ ਜਿਹੜਾ ਨਾ ਪਾਇਆ ਜਾਵੇ ਤਾਂ ਉਹਨਾਂ ਦੇ ਭਵਿੱਖ ਨੂੰ ਸੁਨਹਿਰੀ ਕਰਨ ਦੇ ਲਈ ਜਿਹੜਾ ਧਿਆਨ ਦੇਣ ਦੀ ਲੋੜ ਹੈ। ਹੋਰ ਵੀ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ, ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ, ਤਾਂ ਗੱਲ ਹੋ ਰਹੀ ਹੈ ਕੈਪਟਨ ਸਰਕਾਰ ਦੇ ਉਹ ਸਮਾਰਟਫੋਨ ਦੀ। ਇਸ ਤਰੀਕੇ ਦੇ ਹੀ ਸਮਾਰਟਫੋਨ ਦੇ ਜਿਹੜੇ ਸੁਪਨੇ ਨੌਜਵਾਨਾਂ ਨੇ ਦੇਖੇ ਸੀਗੇ, ਅਤੇ ਇਸੇ ਕਰਕੇ ਜਿਹੜਾ ਪੰਜਾਬ ਦਾ ਮੈਨੂੰ ਲੱਗਦਾ ਸ਼ਾਇਦ ਹੀ ਕੋਈ ਨੌਜਵਾਨ ਹੋਊਗਾ ਜਿਹਨੇ ਫੋਰਮ ਆ ਉਹ ਨਹੀਂ ਭਰੇ ਹੋਣਗੇ, ਪਰ ਹੁਣ ਕੈਪਟਨ ਸਰਕਾਰ ਨੇ ਟਰਮਸ ਐਂਡ ਕੰਡੀਸ਼ਨਸ ਲਗਾ ਕੇ ਸਮਾਰਟ ਸ਼ਰਤਾਂ ਦੇ ਨਾਲ ਸਮਾਰਟਫੋਨ ਦੇਣ ਦੀ ਗੱਲ ਕਹੀ ਹੈ। ਗੱਲਬਾਤ ਕਰਾਂਗੇ ਹੋਰ ਨੌਜਵਾਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ? ਮਨਦੀਪ ਜੀ। ਮਨਦੀਪ, ਕੈਪਟਨ ਸਰਕਾਰ ਨੇ 2 ਸਾਲ ਪਹਿਲਾਂ ਚੋਣਾਂ ਤੋਂ ਪਹਿਲਾਂ ਇੱਕ ਫੋਰਮ ਭਰਵਾਏ ਸੀ ਫੋਨ ਦੇ, ਤੁਸੀਂ ਵੀ ਭਰਿਆ ਸੀ? ਹਾਂਜੀ ਮੈਮ। ਅੱਛਾ, ਤੁਸੀਂ ਭਰਿਆ ਸੀਗਾ, ਕੀ ਸੋਚ ਕੇ ਭਰਿਆ ਸੀ ਫੋਨ? ਮੈਮ ਆਹੀ ਵੀ ਗੌਰਮੈਂਟ ਆਏਗੀ ਅਤੇ ਗੌਰਮੈਂਟ ਫੋਨ ਦੇਗੀ ਸਾਰੇ ਸਟੂਡੈਂਟਸ ਨੂੰ ਜਾਂ ਯੂਥ ਨੂੰ ਜਿਹਨਾਂ ਕੋਲ ਅੱਜ ਫੋਨ ਨਹੀਂ ਹੈਗੇ। ਤੁਸੀਂ ਸਮਾਰਟਫੋਨ ਯੂਜ਼ ਕਰਦੇ ਹੋ? ਹਾਂਜੀ ਮੈਮ। ਫਿਰ ਤੁਸੀਂ ਕਿਉਂ ਭਰਿਆ ਸੀ ਫੋਨ?
ਮੈਮ ਉਦੋਂ ਨਹੀਂ ਸੀਗਾ ਮੇਰੇ ਕੋਲ ਫੋਨ। ਮਤਲਬ ਤੁਸੀਂ ਪਹਿਲਾਂ ਫੋਰਮ ਇਹ ਸੋਚ ਕੇ ਭਰਿਆ ਕਿ ਸਰਕਾਰ ਦੇਵੇਗੀ ਫੋਨ, ਪਰ ਫਿਰ ਤੁਸੀਂ ਆਪ ਕਿਉਂ ਲੈ ਲਿਆ, ਭਰੋਸਾ ਉੱਠ ਗਿਆ ਸੀ? ਨਹੀਂ ਨਹੀਂ ਮੈਮ, ਫਿਰ ਲੋੜ ਸੀ ਨਾ ਜਦੋਂ ਸਟੱਡੀ ਕਰਨੀ ਸੀ ਤੇ ਫਿਰ ਥੋੜੀ ਮਤਲਬ ਮੈਂ ਠੀਕ ਆ, ਫੈਮਿਲੀ ਕੰਡੀਸ਼ਨ ਮੇਰੀ ਠੀਕ ਹੈ, ਮੈਂ ਲੈ ਸਕਦਾ ਸੀ, ਮੈਂ ਲੈ ਲਿਆ। ਹਰ ਬੰਦੇ ਨੂੰ ਇਹ ਨਹੀਂ ਵੀ ਜਿਹੜੀ ਚੀਜ਼ ਉਹ ਲੈ ਸਕਦਾ ਗੌਰਮੈਂਟ 'ਤੇ ਹੀ ਡਿਪੈਂਡ ਰਹੇ। ਮੈਂ ਲੈ ਸਕਦਾ ਸੀ, ਮੈਂ ਲੈ ਲਿਆ ਜੀ। ਕਈ ਬਹੁਤ ਦੁਨੀਆ ਜੀ ਜਿਹੜੇ ਨਹੀਂ ਲੈ ਸਕਦੇ, ਉਹਨਾਂ ਨੂੰ ਹੁਣ ਸਰਕਾਰ ਦੇਣ ਜਾ ਰਹੀ ਆ 1-2 ਮਹੀਨਿਆਂ ਦੇ ਵਿੱਚ। ਅਤੇ ਹੁਣ ਸਰਕਾਰ ਨੇ ਜਿਹੜਾ ਕੈਬਨਿਟ ਦੇ ਵਿੱਚ ਫੈਸਲਾ ਲਿਆ ਹੈ, ਉਹ 'ਚ ਟਰਮਸ ਐਂਡ ਕੰਡੀਸ਼ਨਸ ਲਗਾਈਆਂ ਨੇ ਕਿ ਪਹਿਲੀ ਕੰਡੀਸ਼ਨ ਤਾਂ ਇਹ ਹੈ ਕਿ ਤੁਹਾਨੂੰ ਸਵੈ ਘੋਸ਼ਣਾ ਪੱਤਰ ਦੇਣਾ ਹੋਵੇਗਾ, ਯਾਨੀ ਕਿ ਤੁਹਾਨੂੰ ਪਰੂਫ ਕਰਨਾ ਪਵੇਗਾ ਕਿ ਤੁਸੀਂ ਸਮਾਰਟਫੋਨ ਯੂਜ਼ ਨਹੀਂ ਕੀਤਾ। ਲੱਗਦਾ ਹੈ ਕਿ ਇਹ ਲੋਕ ਪਰੂਫ ਕਰ ਪਾਉਣਗੇ? ਹਾਂਜੀ ਮੈਮ, ਮੈਂ ਇਸ ਚੀਜ਼ ਨਾਲ ਐਗਰੀ ਹਾਂ, ਕਿਉਂਕਿ ਬਹੁਤ ਦੁਨੀਆ ਇਹੋ ਜਿਹੀ ਜਿਹਨਾਂ ਨੇ ਯੂਜ਼ ਨਹੀਂ ਕੀਤਾ ਜਾਂ ਜਿਹਨਾਂ ਕੋਲ ਫੋਨ ਨਹੀਂ ਆ। ਬਹੁਤ ਗਰੀਬ ਜਿਹੜੇ ਉਹਨਾਂ ਨੇ ਕਿਹਾ ਪਹਿਲਾਂ ਗੌਰਮੈਂਟ ਕਾਲਜ ਅਤੇ ਗੌਰਮੈਂਟ ਸਕੂਲਾਂ 'ਚ ਦੇਣੇ ਆ, ਉੱਥੇ ਹੀ ਗਰੀਬ ਸਟੂਡੈਂਟ ਕਾਫੀ ਪੜ੍ਹਦੇ, ਕਿਉਂਕਿ ਗੌਰਮੈਂਟ 'ਚ ਹੀ ਮੋਸਟਲੀ ਗਰੀਬ ਫੈਮਿਲੀ ਨਾਲ ਰਿਲੇਟਡ ਜਿਹਨਾਂ ਕੋਲ ਅਜੇ ਫੋਨ ਨਹੀਂ ਹੈਗੇ। ਯੂਥ ਦੀ ਗੱਲ ਆਉਂਦੀ ਹੈ ਤਾਂ ਮੈਨੂੰ ਤਾਂ ਲੱਗਦਾ ਕਿ ਹਰ ਇੱਕ ਯੂਥ ਦੇ ਕੋਲ ਫੋਨ ਹੈ, ਕਿਉਂਕਿ ਯੂਥ ਖਾਸ ਕਰਕੇ ਟੈਕਨੋਲੋਜੀ ਦੇ ਨਾਲ ਵੀ ਜੁੜਿਆ ਹੋਇਆ, ਸੋਸ਼ਲ ਮੀਡੀਆ ਦੇ ਨਾਲ ਵੀ ਜੁੜਿਆ ਹੋਇਆ। ਤਾਂ ਕੀ ਤੁਸੀਂ ਕਿਹੜੇ ਯੂਥ ਦੀ ਗੱਲ ਕਰ ਰਹੇ ਹੋ ਕਿ ਜਿਹਦੇ ਕੋਲ ਫੋਨ ਨਹੀਂ ਹੈ? ਮੈਮ ਹੈ ਅਜੇ ਬਹੁਤ 20-30% ਅਜੇ ਯੂਥ ਰਹਿ ਗਿਆ ਜਿਹਨਾਂ ਕੋਲ ਫੋਨ ਨਹੀਂ ਹੈ। ਉਹ 20-30% ਨੂੰ ਤਾਂ ਮਿਲੇਗਾ ਮਿਲੇਗਾ ਉਹਨਾਂ ਤੋਂ, ਪਲੱਸ ਜੇ ਦੂਸਰੇ ਵੀ ਕੋਈ ਲੈ ਜਾਣਗੇ ਤਾਂ ਉਹਦੇ 'ਚ ਸਰਕਾਰ ਨੂੰ ਤਾਂ ਕੋਈ ਲੋਸ ਨਹੀਂ ਹੈ, ਸਰਕਾਰ ਤਾਂ ਆਪਦੇ ਕੋਲ ਦੇ ਰਹੀ ਹੈ ਕੁਛ। ਗੱਲ ਕਹੀ ਹੈ ਕਿ ਫੋਨ 3G ਮਿਲਣਗੇ, ਇਹ ਤਾਂ ਫਿਰ ਇੱਕ ਪੁਰਾਣੀ ਟੈਕਨੋਲੋਜੀ ਹੋ ਗਈ ਨਾ। ਅਸੀਂ ਤਾਂ ਅੱਗੇ ਦੇ ਅੱਗੇ ਵੱਧ ਰਹੇ ਹਾਂ, ਅਸੀਂ ਤਾਂ 5G ਵੱਲ ਕਦਮ ਵਧਾ ਰਹੇ ਹਾਂ, ਅਤੇ ਤੁਹਾਨੂੰ ਨਹੀਂ ਲੱਗਦਾ ਕਿ ਗਵਰਨਮੈਂਟ ਅੱਗੇ ਜਾਣ ਦੀ ਬਜਾਏ ਪਿੱਛੇ ਲਿਜਾ ਰਹੀ ਹੈ? ਮੈਮ ਜਿਹਦੇ ਕੋਲ ਕੁਛ ਵੀ ਨਹੀਂ ਹੈ ਉਹਨੂੰ ਤਾਂ 3G ਵੀ ਬਹੁਤ ਹੈ, ਜਿਹਦੇ ਕੋਲ 2G ਵੀ ਨਹੀਂ ਚੱਲ ਰਿਹਾ ਉਹਦੇ ਲਈ ਤਾਂ ਉਹਨੂੰ 3G ਵੀ ਬਹੁਤ ਹੈ, ਅਤੇ 4G ਤੋਂ ਵੱਧ ਤਾਂ ਵੈਸੇ ਵੀ ਨਹੀਂ ਆਪਣੇ ਚੱਲਦਾ, ਅਤੇ 3G ਵੀ ਠੀਕ ਰਹੇਗਾ ਮੇਰੇ ਹਿਸਾਬ ਨਾਲ, ਠੀਕ ਰਹੇਗਾ। ਹਾਂਜੀ। ਇੱਕ ਨੌਜਵਾਨ ਹੋਣ ਦੇ ਨਾਤੇ ਕੀ ਲੱਗਦਾ ਹੈ ਤੁਹਾਨੂੰ ਕਿ ਪੰਜਾਬ ਦੇ ਵਿੱਚ ਫੋਨ ਦਾ ਮੁੱਦਾ ਵਾਕਈ ਇੱਕ ਮੁੱਦਾ ਹੈ, ਜਾਂ ਫਿਰ ਪੰਜਾਬ ਦੇ ਇੰਨੇ ਸਾਰੇ ਮੁੱਦੇ ਜਿਹੜੇ ਪਏ ਹੋਏ ਆ ਕਿ ਉਹਨਾਂ ਦੇ ਨਾਲੋਂ ਫੋਨ ਜ਼ਿਆਦਾ ਇੰਪੋਰਟੈਂਟ ਇਸ ਟਾਈਮ? ਮੈਮ ਫੋਨ ਦਾ ਮੁੱਦਾ ਤਾਂ ਠੀਕ ਹੈ, ਪਰ ਉਸ ਤੋਂ ਜ਼ਿਆਦਾ ਵੀ ਬਹੁਤ ਜਿਹੜੇ ਸੀਰੀਅਸ ਇਸ਼ੂ ਹੈ ਪੰਜਾਬ ਦੇ, ਜਿੱਦਾਂ ਅਨਇੰਪਲੋਇਮੈਂਟ ਦਾ ਸਭ ਤੋਂ ਮੁੱਦਾ, ਪਰ ਉਹਦੇ ਲਈ ਵੀ ਕੈਪਟਨ ਸਾਹਿਬ ਨੇ 1,12,000 ਪੋਸਟਾਂ ਜੋ ਖਾਲੀ ਪਈਆਂ ਸੀਗੀਆਂ ਉਹਨਾਂ ਦੇ ਰਿਲੇਟਡ ਉਹਨਾਂ ਨੇ ਉਹਨਾਂ ਤੋਂ ਇੰਕੁਆਇਰੀ ਮੰਗੀ ਆ ਜੋ ਸੈਕਟਰੀ ਨੇ, ਅਤੇ ਉਹਦੇ ਰਿਲੇਟਡ ਵੀ ਉਹ ਕਰ ਰਿਹਾ, ਅਤੇ ਜੋਬ ਛੇਤੀ ਹੀ ਨਿਕਲ ਜਾਣਗੇ ਪੰਜਾਬ ਦੇ ਵਿੱਚ। ਉਮੀਦ ਹੈ ਕਿ ਤੁਹਾਨੂੰ ਫੋਨ ਮਿਲੇਗਾ, ਪੂਰੀ ਉਮੀਦ ਹੈ ਫੋਨ ਵੀ ਮਿਲੇਗਾ ਔਰ ਜੋਬ ਵੀ ਮਿਲੇਗੀ ਕੈਪਟਨ ਸਰਕਾਰ ਦੇ ਰਾਜ। ਬਹੁਤ ਬਹੁਤ ਸ਼ੁਕਰੀਆ ਸਰ, ਬਿਲਕੁਲ ਇਹ ਪੂਰੀ ਤਰ੍ਹਾਂ ਆਸਵੰਦ ਨੇ, ਇਹਨਾਂ ਨੂੰ ਲੱਗ ਰਿਹਾ ਕਿ ਫੋਨ ਵੀ ਜਿਹੜਾ ਹੈ ਉਹ ਸਮਾਰਟਫੋਨ ਜਲਦੀ ਮਿਲੇਗਾ ਅਤੇ ਜੋਬ ਵੀ ਜਿਹੜੀ ਹੈ ਉਹ ਮਿਲ ਜਾਵੇਗੀ। ਖੈਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਨੌਜਵਾਨਾਂ ਦੀਆਂ ਉਮੀਦਾਂ ਜਿਹੜੀਆਂ ਨੇ ਸਰਕਾਰ ਤੋਂ ਉਹਨਾਂ ਨੂੰ ਜਲਦ ਹੀ ਬੂਰ ਪਵੇ, ਹੋਰ ਵੀ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ? ਅੰਮ੍ਰਿਤਪਾਲ ਸਿੰਘ। ਅੰਮ੍ਰਿਤਪਾਲ, ਕੀ ਲੱਗਦਾ ਹੈ ਕਿ ਕੈਪਟਨ ਸਰਕਾਰ ਨੇ ਇੱਕ ਤਾਂ 2 ਸਾਲ ਲਗਾ ਦਿੱਤੇ ਹੌਸਲਾ ਕੱਢਣ ਨੂੰ ਕਿ ਜਿਹੜਾ ਫੋਨ ਜਿਹੜਾ ਦਿੱਤਾ ਜਾਵੇਗਾ, ਪਰ ਹੁਣ ਬੜੀਆਂ ਸਾਰੀਆਂ ਟਰਮਸ ਐਂਡ ਕੰਡੀਸ਼ਨਸ ਲਗਾ ਦਿੱਤੀਆਂ ਕਿ ਪਹਿਲਾਂ ਤੁਹਾਨੂੰ ਪਰੂਫ ਕਰਨਾ ਹੋਵੇਗਾ ਕਿ ਤੁਹਾਡੇ ਕੋਲ ਸਮਾਰਟਫੋਨ ਨਹੀਂ ਹੈ, ਤੁਹਾਡੀ ਇੱਕ ਇਨਕਮ ਪੂਰੇ ਫੈਮਿਲੀ ਦੀ 6 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ, ਫੋਨ ਜਿਹੜਾ ਹੈ ਉਹ 3G ਹੋਵੇਗਾ, ਸਾਰੀਆਂ ਗੱਲਾਂ ਨੂੰ ਇੱਕ ਨੌਜਵਾਨ ਹੋਣ ਦੇ ਨਾਤੇ ਕਿਵੇਂ ਦੇਖਦੇ ਹੋ? ਦੇਖੋ ਜੀ, ਇੱਕ ਤਾਂ ਵੈਸੇ ਹੀ ਪਤਾ ਲੱਗਦਾ ਵੀ ਸਰਕਾਰ ਦੇ ਕੋਲ ਕਿੰਨਾ ਕੁ ਉਹਨਾਂ ਦਾ ਬਜਟ ਜਿਹੜਾ ਹੈਗਾ, ਬਜਟ ਡੈਫੀਸਿਟ ਜਿਹੜਾ ਚੱਲ ਰਿਹਾ ਉਹਨਾਂ ਦਾ ਸਾਰਾ, ਅਤੇ ਬਾਕੀ ਮੈਨੀਫੈਸਟੋ 'ਚ ਉਹਨਾਂ ਨੇ ਕਿਹਾ ਸੀ ਅਸੀਂ ਫੋਨ ਵੰਡਾਂਗੇ ਅਤੇ ਉਹ ਵੀ ਚੀਜ਼ ਪੂਰੀ ਕਰਨੀ ਆ, ਅਤੇ ਕੁਛ ਟਰਮਸ ਐਂਡ ਕੰਡੀਸ਼ਨ ਤਾਂ ਉਹਨਾਂ ਨੂੰ ਰੱਖਣੀਆਂ ਪੈਣੀਆਂ ਸੀਗੀਆਂ ਜਿਸ ਬੇਸ 'ਤੇ ਉਹ ਸਾਰਾ ਉਹ ਕਰਦੇ, ਅਤੇ ਬਾਕੀ ਇਹ ਆ ਵੀ ਇੱਕ ਵਾਅਦਾ ਪੂਰਾ ਹੋ ਜੂਗਾ ਜਿਹੜਾ ਉਹਨਾਂ ਨੇ ਕੀਤਾ ਸੀਗਾ, ਹੋਰ ਤਾਂ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਅਤੇ ਬਾਕੀ ਵਾਅਦੇ ਜਿਹੜੇ ਕੀਤੇ ਸੀ? ਚਲੋ ਕੁਛ ਨਾ ਕੁਛ, ਕੁਛ ਬੰਦੇ ਤਾਂ ਖੁਸ਼ ਕਰਨੇ ਸੀ ਉਹਨਾਂ ਨੇ, ਉਹ ਖੁਸ਼ ਕਰਦੇ ਆ ਉਹਨਾਂ ਨੇ ਬਸ ਜਿਹੜੇ ਹੈਗੇ। ਅਤੇ ਕੀ ਲੱਗਦਾ ਹੈ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਸ਼ੁਰੂਆਤ ਜਿਹੜੀ ਸਕੂਲਾਂ ਕਾਲਜਾਂ ਤੋਂ ਅਤੇ ਤਕਨੀਕੀ ਅਦਾਰਿਆਂ ਤੋਂ ਕੀਤੀ ਜਾਊਗੀ, ਲੱਗਦਾ ਹੈ ਕਿ ਇਹਨਾਂ ਅਦਾਰਿਆਂ ਦੇ ਵਿੱਚ ਹੀ ਜਿਹੜੇ ਨੌਜਵਾਨ ਕੰਮ ਕਰਦੇ ਉਹਨਾਂ ਦੇ ਵਿੱਚ ਕੋਲ ਸਮਾਰਟਫੋਨ ਨਹੀਂ ਹੋਣਗੇ? ਸਮਾਰਟਫੋਨ ਤਾਂ ਅੱਜ ਕੱਲ੍ਹ ਹਰੇਕ ਕੋਲ ਹੀ ਹੈ, ਕੋਈ ਇੱਦਾਂ ਦਾ ਕੋਈ ਹੈ ਨਹੀਂ ਆ ਵੀ ਚਲੋ ਸਕੂਲ ਤੋਂ ਸ਼ੁਰੂ ਕਰਦਾ ਜਿੱਥੇ ਮਰਜ਼ੀ ਸ਼ੁਰੂ, ਉਹ ਬਸ ਇੱਕ ਇਹ ਆ ਵੀ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਪੂਰਾ ਕਰਨਾ, ਅਤੇ ਹੋਵੇ ਵੀ ਘੱਟ ਤੋਂ ਘੱਟ ਲੋਕਾਂ ਨੂੰ ਦਿੱਤੇ ਜਾਣ, ਅਤੇ ਉਹ ਵੀ ਉਹਨਾਂ ਦਾ ਪੂਰਾ ਹੋ ਜਾਵੇ ਜੋ ਉਹਨਾਂ ਨੇ ਕਿਹਾ ਸੀਗਾ। ਕੀ ਨਾਮ ਹੈ? ਅਰਸ਼ਦੀਪ। ਅਰਸ਼, ਕੀ ਲੱਗਦਾ ਹੈ ਕਿ ਸਰਕਾਰ ਨੇ ਜਿਹੜਾ ਇਹ ਹੁਣ 2 ਸਾਲ ਬਾਅਦ ਹੌਸਲਾ ਕੱਢਿਆ ਹੈ, ਪਰ ਇਹ ਸ਼ਰਤਾਂ ਉਸ ਵੇਲੇ ਕਿਉਂ ਨਹੀਂ ਲਗਾਈਆਂ ਗਈਆਂ ਜਦੋਂ ਫਾਰਮ ਭਰਵਾਏ ਗਏ ਸੀ, ਤਾਂ ਹੁਣ 2 ਸਾਲ ਬਾਅਦ ਸ਼ਰਤਾਂ ਕਿਉਂ?
ਪਹਿਲਾਂ ਸ਼ਰਤ ਤਾਂ ਅਸੀਂ ਵੋਟਾਂ ਨੂੰ ਲੋਕਾਂ ਨੂੰ ਆਕਰਸ਼ਿਤ ਕਰਨਾ ਸੀ ਆਪਣੇ ਪ੍ਰਤੀ, ਅਤੇ ਹੁਣ ਲੇਟ ਤਾਂ ਇਹ ਆ ਜੇ ਆਪਾਂ ਪਹਿਲਾਂ ਪਹਿਲਾਂ ਦੇ ਦਿੰਦੇ ਫਿਰ 5 ਸਾਲ ਬਾਅਦ ਵੋਟਾਂ ਪੈਣ, ਜਦ ਤੱਕ ਲੋਕ ਭੁੱਲ ਜਾਂਦੇ ਨੇ ਵੀ ਕੀ ਗਿਫਟ ਦਿੱਤਾ ਸੀਗਾ, ਤਾਂ ਕਰਕੇ ਇਹਨਾਂ ਨੇ ਐਂਡਲੇ ਸਾਲਾਂ 'ਚ ਦੇਣਾਂਗੇ, ਤਾਂ ਇਹੀ ਤਰੀਕਾ ਵਧੀਆ ਲੱਗਿਆ ਉਹਨੂੰ। ਗੱਲ ਕੀਤੀ ਵੋਟਾਂ ਦੀ, ਤਾਂ ਹੁਣ ਵੀ ਲੋਕ ਸਭਾ ਦੀਆਂ ਚੋਣਾਂ ਸਿਰ 'ਤੇ ਆ ਗਈਆਂ ਨੇ, ਲੱਗਦਾ ਹੈ ਕਿ 2019 ਦੀਆਂ ਚੋਣਾਂ ਦੇ ਵਾਸਤੇ ਜਿਹੜਾ ਇੱਕ ਵਾਰ ਫਿਰ ਤੋਂ ਨੌਜਵਾਨਾਂ ਨੂੰ ਭਰਮਾਉਣ ਲਈ ਇਸ ਟਾਈਮ 'ਤੇ ਫੈਸਲਾ ਹੋਇਆ ਹੈ? ਹਾਂਜੀ, ਲੋਕ ਲੱਗ ਜਾਂਦੇ ਨੇ ਪਿੱਛੇ ਚੀਜ਼ਾਂ ਨੇ, ਮਤਲਬ ਜਿਹੜੀ ਚੀਜ਼ਾਂ ਆਕਰਸ਼ਿਤ ਕਰਦੇ ਨੇ ਗਿਫਟ ਗੁਫਟ ਮੋਬਾਈਲਾਂ ਨਾਲ ਲੱਗ ਜਾਂਦੇ ਨੇ ਪਿੱਛੇ, ਨੌਜਵਾਨ ਲੱਗ ਜਾਂਦੇ ਨੇ ਪਿੱਛੇ। ਕੀ ਲੱਗਦਾ ਕਿ ਸਰਕਾਰਾਂ ਦਾ ਤਾਂ ਕੰਮ ਲਾਲਚ ਦੇਣਾ ਹੀ ਹੁੰਦਾ ਹੈ, ਪਰ ਨੌਜਵਾਨਾਂ ਨੂੰ ਵੀ ਜਿਹੜਾ ਥੋੜ੍ਹਾ ਜਿਹਾ ਲੱਗਦਾ ਨਹੀਂ ਕਿ ਹੁਣ ਉਹ ਇਹਨਾਂ ਲਾਲਚਾਂ ਤੋਂ ਪਰੇ ਹੋ ਕੇ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ? ਅਸਲ ਮੁੱਦੇ ਨਸ਼ੇ ਬਾਰੇ ਕੀਤੀ ਸੀ, ਪਰ ਉਹਦਾ ਵੀ ਕੋਈ ਹੱਲ ਕੀਤਾ ਨਹੀਂ ਹੈ। ਕਹਿੰਦੇ ਸੀ ਨਸ਼ਾ 4 ਦਿਨਾਂ 'ਚ ਬੰਦ ਕਰਾਂਗੇ, ਉਹ ਵੀ ਸਾਲ ਤੋਂ ਇੰਨਾ ਟਾਈਮ ਲੰਘ ਗਿਆ, ਉਹਨਾਂ ਨੇ ਕੀਤਾ ਨਸ਼ੇ ਬਾਰੇ ਕੁਛ ਸੰਬੰਧ, ਤਾਂ ਕਰਕੇ ਕੋਈ ਇੰਨਾ ਸੀਰੀਅਸ ਲੈਂਦਾ ਨਹੀਂ ਹੁਣ ਇਹਨਾਂ ਨੂੰ। ਤੁਸੀਂ ਇੱਕ ਨੌਜਵਾਨ ਹੋ, ਤੁਸੀਂ ਕਿੰਨੇ ਸਾਲ ਤੋਂ ਸਮਾਰਟਫੋਨ ਯੂਜ਼ ਕਰ ਰਹੇ ਹੋ? ਮੈਂ ਵੀ 5-6 ਸਾਲਾਂ ਤੋਂ ਯੂਜ਼ ਕਰ ਰਿਹਾ, ਜਿੱਦਾਂ ਪਤਾ ਲੱਗਿਆ ਚੀਜ਼ਾਂ। ਹਾਂ, ਮੈਨੂੰ ਲੱਗਦਾ ਕਿ ਤਕਰੀਬਨ ਸਾਡੀ ਉਮਰ ਦੇ ਹਰ ਇੱਕ ਨੌਜਵਾਨ ਦੇ ਕੋਲ ਇੰਨਾ ਹੀ ਸਮਾਂ ਹੋ ਗਿਆ ਹੈ ਜਦੋਂ ਕੋਲ ਫੋਨ ਹੈ। ਹਾਂਜੀ, ਸਾਰਿਆਂ ਨੂੰ ਜਿੱਦਾਂ ਦਾ ਲੋੜ ਹੈ, ਜ਼ਰੂਰੀ ਅੰਗ ਬਣ ਚੁੱਕਿਆ ਸਰੀਰ ਦਾ ਮੋਬਾਈਲ ਫੋਨ। ਮੈਨੂੰ ਲੱਗਦਾ ਕਿ ਇਹ ਹਰ ਕਿਸੇ ਦੇ ਕੋਲ ਹੈ ਵੀ, ਅਤੇ ਲੱਗਦਾ ਹੈ ਕਿ ਵਾਕਈ ਦੇ ਵਿੱਚ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਹੈ, ਅਤੇ ਨੌਜਵਾਨ ਇਹ ਪਰੂਫ ਕਰ ਪਾਉਣਗੇ ਕਿ ਉਹਨਾਂ ਦੇ ਕੋਲ ਸਮਾਰਟਫੋਨ ਨਹੀਂ ਆਈਆਂ, ਉਹਨਾਂ ਨੇ ਅੱਜ ਤੱਕ ਇਸਤੇਮਾਲ ਨਹੀਂ ਕੀਤਾ। ਨਹੀਂ, ਇਹ ਤਾਂ ਜਮੀ ਗੱਲ ਤਾਂ, ਇਹ ਤਾਂ ਮੇਰੇ ਤਾਂ ਲੱਗਦਾ ਨਹੀਂ ਕੋਈ ਹੋਊ ਕਿਸੇ ਨੇ ਮੋਬਾਈਲ ਫੋਨ ਨਹੀਂ ਚਲਾ ਰਿਹਾ ਵੀ ਮੈਨੂੰ ਤੁਹਾਡੇ ਨਾਲ ਤੁਹਾਡਾ ਮੋਬਾਈਲ ਚਲਾਊਂਗਾ ਪਹਿਲੀ ਵਾਰ, ਇਹ ਤਾਂ ਵਧੀਆ ਨਹੀਂ ਲੱਗਿਆ। ਬਿਲਕੁਲ, ਇਹ ਪੰਜਾਬ ਦੇ ਨੌਜਵਾਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ, ਉਹੀ ਗੱਲ ਇਹਨਾਂ ਨੇ ਕਹੀ ਕਿ ਸਰਕਾਰ ਨੇ ਵਾਅਦਾ ਵੀ ਪੂਰਾ ਕਰਨਾ ਹੈ, ਪਰ ਵਾਅਦਾ ਜਿਹੜਾ ਹੈ ਉਹ ਖਜ਼ਾਨੇ 'ਤੇ ਬੋਝ ਵੀ ਨਾ ਪਾਵੇ ਅਤੇ ਵਾਅਦਾ ਵੀ ਪੂਰਾ ਹੋ ਜਾਵੇ। ਇਸ ਕਰਕੇ ਸਰਕਾਰ ਨੇ ਜਿਹੜੀਆਂ ਇਹ ਸ਼ਰਤਾਂ ਉਹ ਰੱਖ ਦਿੱਤੀਆਂ ਨੇ ਕਿ ਫੋਨ ਤਾਂ ਦਿੱਤਾ ਜਾਊਗਾ ਪਰ ਉਹਨੂੰ ਹੀ ਜਿਹੜੀਆਂ ਸਾਰੀਆਂ ਟਰਮਸ ਐਂਡ ਕੰਡੀਸ਼ਨ ਜਿਹੜਾ ਹੈ ਉਹ ਪਾਰ ਕਰੇਗਾ, ਤਾਂ ਹੀ ਉਹ ਸਮਾਰਟਫੋਨ ਦਾ ਜਿਹੜਾ ਹੈ ਉਹ ਹੱਕਦਾਰ ਹੋਵੇਗਾ। ਹੋਰ ਵੀ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ, ਫਿਲਹਾਲ ਰੁਕਦੇ ਹਾਂ ਇੱਕ ਹੋਰ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਗੱਲ ਹੋ ਰਹੀ ਆ ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟਫੋਨ ਦੀ, ਜਿਹੜਾ ਹੁਣ ਆਖਿਰਕਾਰ 2 ਸਾਲ ਬਾਅਦ ਸਰਕਾਰ ਨੇ ਹੌਂਸਲਾ ਤਾਂ ਕਰ ਲਿਆ ਹੈ ਫੋਨ ਲੈਣ ਦਾ ਅਤੇ ਫੋਨ ਦੇਣ ਦਾ ਨੌਜਵਾਨਾਂ ਨੂੰ, ਪਰ ਸ਼ਰਤਾਂ ਜਿਹੜੀਆਂ ਨੇ ਉਹ ਲਾਗੂ ਕਰ ਦਿੱਤੀਆਂ ਨੇ, ਸ਼ਰਤਾਂ ਜਿਹੜੀਆਂ ਉਹ ਪਾਰ ਕਰ ਪਾਉਂਦੇ ਨੇ ਨੌਜਵਾਨ, ਜਾਂ ਫਿਰ ਇਹਨਾਂ ਸ਼ਰਤਾਂ ਦੇ ਬਾਰੇ ਕੀ ਸੋਚਦੇ ਨੇ? ਅਤੇ ਵਾਕਈ ਪੰਜਾਬ ਦੇ ਵਿੱਚ ਇੱਕ ਫੋਨ ਦੇਣਾ ਹੀ ਮੁੱਦਾ ਰਹਿ ਗਿਆ ਹੈ। ਕੁੜੀਆਂ ਦੇ ਨਾਲ ਹੁਣ ਗੱਲਬਾਤ ਕਰਾਂਗੇ, ਮੁੰਡਿਆਂ ਦਾ ਵਿਊ ਤਾਂ ਜਿਹੜਾ ਜਾਣ ਲਿੱਤਾ। ਕੀ ਨਾਮ ਹੈ? ਹਰਪ੍ਰੀਤ ਕੌਰ। ਹਰਪ੍ਰੀਤ, ਸਰਕਾਰ ਨੇ ਕਿਹਾ ਸੀਗਾ ਕਿ ਸਮਾਰਟਫੋਨ ਦੇਵਾਂਗੇ, ਪਤਾ ਹੋਊਗਾ? ਹਾਂਜੀ। ਅਤੇ ਹੁਣ ਸਰਕਾਰ ਨੇ ਦੇਣ ਜਾ ਰਹੀ ਹੈ ਫੋਨ, ਪਰ ਇਹ ਸ਼ਰਤਾਂ ਕੁਝ ਰੱਖ ਦਿੱਤੀਆਂ ਨੇ ਕਿ ਪਹਿਲਾਂ ਤੁਹਾਨੂੰ ਸਵੈ ਘੋਸ਼ਣਾ ਪੱਤਰ ਦੇਣਾ ਹੋਵੇਗਾ, ਯਾਨੀ ਕਿ ਤੁਹਾਨੂੰ ਪਹਿਲਾਂ ਇਹ ਦੱਸਣਾ ਹੋਵੇਗਾ ਕਿ ਤੁਸੀਂ ਸਮਾਰਟਫੋਨ ਯੂਜ਼ ਨਹੀਂ ਕੀਤਾ। ਹਾਂਜੀ ਹਾਂਜੀ, ਸਰਕਾਰ ਦੀ ਇਹ ਕੋਸ਼ਿਸ਼ ਹੈ ਵੀ ਹਰ ਇੱਕ ਬੱਚੇ ਕੋਲ ਵੀ, ਮਤਲਬ ਕੋਈ ਵੀ ਹੈ ਵੀ ਉਹਨੂੰ ਸਮਾਰਟਫੋਨ ਮਿਲੇ, ਯੂਜ਼ ਕਰੇ, ਕਿਉਂਕਿ ਆਪਣੀ ਟੈਕਨੋਲੋਜੀ ਹੈ ਜਿਹੜੀ ਅੱਜ ਕੱਲ੍ਹ ਦੇ ਟਾਈਮ ਦੀ ਉਹ ਜ਼ਿਆਦਾ ਵਾਸਟ ਹੋ ਗਈ ਹੈ, ਹਰ ਇੱਕ ਇਸ ਇਹਦਾ ਫਾਇਦਾ ਉਠਾ ਸਕੇ, ਇਸ ਲਈ ਸਰਕਾਰ ਨੇ ਕਦਮ ਚੁੱਕਿਆ ਹੈ। ਚਾਹੁੰਦੇ ਹੋ ਕਿ ਸਰਕਾਰ ਚਾਹੁੰਦੀ ਹੈ ਕਿ ਹਰ ਕਿਸੇ ਕੋਲ ਟੈਕਨੋਲੋਜੀ ਹੋਵੇ, ਪਰ ਸਰਕਾਰ ਨੇ ਕਿਹਾ ਕਿ ਫੋਨ 3G ਦਿੱਤੇ ਜਾਣਗੇ, ਤਾਂ ਲੱਗਦਾ ਨਹੀਂ ਹੈ ਕਿ ਇਹ ਤਾਂ ਪੁਰਾਣੀ ਹੋ ਗਈ ਟੈਕਨੋਲੋਜੀ? ਹਾਂਜੀ, ਫਿਰ ਫ੍ਰੀ ਦੇ ਵਿੱਚ ਤਾਂ 3G ਦੇਣਗੇ ਨਾ ਸਰਕਾਰ, ਫਿਰ 4G ਦੇ ਅਵੇਲੇਬਲ ਕੀ ਪਤਾ ਹੁਣ ਉਹਨਾਂ ਨੇ ਕੀ ਪਾਲਿਸੀ ਬਣਾਈ ਹੈ। ਗੱਲ ਬੜੀ ਸਹੀ ਕਹੀ ਨੇ ਕਿ ਫ੍ਰੀ ਦੇ ਵਿੱਚ ਤਾਂ ਜਿਹੜਾ 3G ਮਿਲ ਜਾਵੇ ਤਾਂ ਇਹੀ ਬੜੀ ਵੱਡੀ ਗੱਲ ਹੈ। ਹਾਂਜੀ ਹਾਂਜੀ, ਪਰ ਇੱਦਾਂ ਦਾ ਲੱਗਦਾ ਕਿ ਅੱਜ ਦੇ ਟਾਈਮ 'ਚ ਯੂਥ ਇੱਦਾਂ ਦਾ ਐਗਜ਼ਿਸਟ ਕਰਦਾ ਹੈ ਜਿਹਦੇ ਕੋਲ ਫੋਨ ਨਾ ਹੋਵੇ? ਨਹੀਂ, ਮਤਲਬ ਅਰਬਨ ਏਰੀਆ ਦੇ ਵਿੱਚ ਤਾਂ ਨਹੀਂ ਕੋਈ ਹੁੰਦਾ, ਜਿਵੇਂ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਦੇਖਿਆ ਕੋਈ, ਜਿਵੇਂ ਮਤਲਬ ਲੋਅਰ ਫੈਮਿਲੀ ਤੋਂ ਬਿਲੋਂਗ ਕਰਦੇ ਆ, ਉਹਨਾਂ ਦੇ ਕੋਲ ਨਹੀਂ ਹੋ ਸਕਦਾ ਐਵੇਂ, ਹੁੰਦੇ ਆ ਕਾਫੀ ਬੱਚੇ ਆ। ਯਾਨੀ ਕਿ ਮੰਨਦੇ ਹੋ ਕਿ ਹਜੇ ਵੀ ਹੈ ਲੋਕ ਜਿਹਨਾਂ ਕੋਲ ਫੋਨ ਨਹੀਂ? ਇੰਡੀਆ ਦੇ ਵਿੱਚ ਤਾਂ ਹੈ। ਕੀ ਨਾਮ ਹੈ? ਪਰਮ। ਪਰਮ, ਕਿੰਨੇ ਸਾਲ ਹੋ ਗਏ ਸਮਾਰਟਫੋਨ ਰੱਖੇ ਨੂੰ? ਇਟਸ ਅਬਾਊਟ 3 ਇਅਰਸ। 3 ਇਅਰਸ ਹੋ ਗਏ। 3 ਸਾਲ 'ਚ ਕਿੰਨੇ ਬਦਲ ਲਏ? ਦੋ। ਹਾਂਜੀ, ਅਤੇ ਸਰਕਾਰ ਨੇ ਜਿਹੜਾ ਫੈਸਲਾ ਲਿਆ ਹੈ ਕਿ ਫੋਨ ਤਾਂ ਦਿੱਤੇ ਜਾਣਗੇ ਪਰ ਸ਼ਰਤਾਂ ਨਾਲ ਰੱਖ ਦਿੱਤੀਆਂ ਨੇ, ਕਿੱਦਾਂ ਲੱਗਦਾ ਕਿ ਇੱਕ ਤਾਂ 2 ਸਾਲ ਲਗਾ ਦਿੱਤੇ ਫੈਸਲੇ ਨੂੰ, ਅਤੇ ਹੁਣ ਇਹ ਜਿਹੜੀਆਂ ਸ਼ਰਤਾਂ ਰੱਖ ਦਿੱਤੀਆਂ ਨੇ ਇਹ ਸਹੀ ਨੇ?
ਨਹੀਂ ਬਿਲਕੁਲ ਵੀ ਨਹੀਂ, ਕਿਉਂਕਿ ਅੱਜ ਕੱਲ੍ਹ ਮੋਸਟਲੀ ਸਾਰੇ ਜਾਂ ਆਟੋ ਵਾਲੇ ਰਿਕਸ਼ਾ ਵਾਲੇ ਵੀ ਤੁਸੀਂ ਦੇਖ ਸਕਦੇ ਹੋ ਕਿ ਫੋਨ ਯੂਜ ਤਾਂ ਕਰਦਾ ਹੀ ਆ, ਤਾਂ ਅਸੀਂ ਕਹਿ ਸਕਦੇ ਵੀ ਸਰਕਾਰ ਨੇ ਨਾ ਦੇਣ ਦਾ ਹੀ ਫੈਸਲਾ ਕੀਤਾ, ਕੋਈ ਪਾਰ ਹੀ ਨਾ ਕਰ ਪਾਵੇ। ਹਾਂਜੀ, ਬਹੁਤ ਬਹੁਤ ਸ਼ੁਕਰੀਆ। ਕੀ ਨਾਮ ਹੈ? ਤਾਨੀਆ। ਤਾਨੀਆ, ਤੁਸੀਂ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਬੀਂਗ ਅ ਯੂਥ? ਮੈਨੂੰ ਤਾਂ ਲੱਗਦਾ ਹੈ ਕਿ ਇਹ ਸਿਰਫ ਵੋਟਸ ਲੈਣ ਵਾਸਤੇ ਹੀ ਹੋ ਰਿਹਾ, ਜ਼ਿਆਦਾ ਤਾਂ ਹੈ ਨਹੀਂ ਹੈ, ਕਿਉਂਕਿ ਅੱਜ ਕੱਲ੍ਹ ਸਮਾਰਟਫੋਨਸ ਤਾਂ ਸਭ ਕੋਲ ਹੈ ਹੀ ਹੈ। ਸੋ ਨੋਰਮਲੀ ਇਹੀ ਹੈ ਕਿ ਹਾਂ ਉਹ ਐਵੇਂ ਆ ਬੋਲਣਗੇ ਕਿ ਹਾਂ ਅਸੀਂ ਦੇਵਾਂਗੇ ਸਮਾਰਟਫੋਨ, ਤਾਂ ਬਸ ਵੋਟਸ ਲੈਣ ਵਾਸਤੇ ਹੀ ਹੋ ਰਿਹਾ। ਬਿਲਕੁਲ, ਤੁਸੀਂ ਗੱਲ ਕੀਤੀ ਵੋਟਾਂ ਦੀ, ਇਹ ਇਹਨੇ ਕੁੜੀ ਨੇ ਸਿਆਣੀ ਗੱਲ ਕੀਤੀ ਆ ਵੋਟਾਂ ਦੀ, ਹੁਣ ਲੋਕ ਸਭਾ ਚੋਣਾਂ ਆ ਗਈਆਂ ਨੇ, ਇਲੈਕਸ਼ਨਸ ਆ ਗਈਆਂ ਨੇ, ਉਹਦੇ ਕਰਕੇ ਮੰਨਦੇ? ਹਾਂਜੀ ਹਾਂਜੀ, ਮੈਨੂੰ ਤਾਂ ਉਸੇ ਕਰਕੇ ਹੈ ਹੀ ਉਸੇ ਕਰਕੇ, ਕਿਉਂਕਿ ਜਦ ਵੀ ਇਹਨਾਂ ਨੇ ਵੋਟਸ ਲੈਣੀ ਹੁੰਦੀ ਹੈ ਉਦੋਂ ਸਟਾਰਟਿੰਗ 'ਚ ਐਵੇਂ ਹੀ ਹੁੰਦਾ ਕਿ ਪਹਿਲਾਂ ਸੀਗਾ ਕਿ ਤੁਹਾਨੂੰ ਫੋਨਸ ਦੇਵਾਂਗੇ, ਹੁਣ 2 ਸਾਲ ਹੋ ਗਿਆ ਕੁਛ ਫੋਨਸ ਨਹੀਂ ਹੋਇਆ, ਬਟ ਹੁਣ ਇਹਨਾਂ ਨੇ ਕੱਢਤਾ ਕਿ ਹਾਂ ਤੁਹਾਨੂੰ ਫੋਨ ਦੇਵਾਂਗੇ 3G, ਬਟ ਵੋਟਸ ਕਰਕੇ ਹੀ ਹੋ ਰਿਹਾ। ਸਰਕਾਰਾਂ ਤਾਂ ਪਾਗਲ ਬਣਾਉਂਦੀਆਂ ਨੇ, ਜਨਤਾ ਕਿਉਂ ਪਿੱਛੇ ਲੱਗ ਜਾਂਦੀ ਹੈ? ਹੁਣ ਪਤਾ ਨਹੀਂ ਆਦਾ। ਤੁਸੀਂ ਵੋਟ ਪਾਉਂਦੇ ਹੋ? ਨਹੀਂ। ਜੇ ਪਾਣੀ ਪਵੇ ਕਿਹਨੂੰ ਪਾਉਂਗੇ? ਮੈਂ ਤਾਂ ਵੈਸੇ ਕਿਸੇ ਨੂੰ ਨਹੀਂ ਪਾਉਂਦੀ, ਨਾ ਮੈਂ ਪਾਣੀ ਹੈਗਾ। ਨੋਟਾਂ ਨੂੰ ਦੇਵੋਂਗੇ? ਨਹੀਂ। ਕੀ ਨਾਮ ਹੈ? ਹਰਪ੍ਰੀਤ ਕੌਰ। ਹਰਪ੍ਰੀਤ, ਇਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਆ ਰਹੀਆਂ ਨੇ, ਉਹਨਾਂ ਨੂੰ ਦੇਖਦਿਆਂ ਹੋਇਆ ਜਿਹੜਾ ਫੈਸਲਾ ਲਿਆ ਗਿਆ, ਤੁਸੀਂ ਸਰਕਾਰ ਦੇ ਇਸ ਫੈਸਲੇ ਨੂੰ ਕਿੱਦਾਂ ਸਮਝਦੇ ਹੋ ਕਿ ਆਖਿਰਕਾਰ 2 ਸਾਲ ਬਾਅਦ ਇਹ ਫੈਸਲਾ ਲਿਆ ਗਿਆ, ਪਰ ਉਸ ਤੋਂ ਬਾਅਦ ਵੀ ਸ਼ਰਤਾਂ ਰੱਖ ਦਿੱਤੀਆਂ ਗਈਆਂ, ਅਤੇ ਉਹ ਸ਼ਰਤਾਂ ਲੱਗਦਾ ਹੈ ਲੋਕ ਪੂਰਾ ਕਰ ਪਾਉਣਗੇ? ਨਹੀਂ, ਲੋਕ ਆਈ ਥਿੰਕ ਸੋ ਲੋਕ ਪੂਰਾ ਨਹੀਂ ਕਰ ਪਾਉਣਗੇ। ਅਤੇ ਸਹੀ ਕਿਹਾ ਮੇਰੀ ਫਰੈਂਡ ਨੇ ਕਿ ਵੀ ਹਾਂ ਵੋਟਾਂ ਕਰਕੇ ਹੀ ਸਾਰਾ ਕੁਛ ਕਰਦੇ ਆ ਸਰਕਾਰ, ਵੈਸੇ ਕੁਛ ਨਹੀਂ ਕਰਦੇ, ਵੈਸੇ ਗਰੀਬਾਂ ਬਾਰੇ ਕੁਛ ਸੋਚਦੀ ਨਹੀਂ ਸਰਕਾਰ। ਮੋਸਟਲੀ ਵੈਸੇ ਜਿਸ ਟਾਈਮ ਇਲੈਕਸ਼ਨ ਆਉਂਦੇ ਉਸ ਟਾਈਮ ਹੀ ਗਰੀਬਾਂ ਦਾ ਸੋਚਿਆ ਜਾਂਦਾ ਕਿ ਹਾਂ ਨਹੀਂ ਅਸੀਂ ਇਹ ਕੀਤਾ ਜਾਵੇ ਉਹ ਕੀਤਾ ਜਾਵੇ ਗਰੀਬਾਂ ਨੂੰ, ਬਟ ਜਦ ਵੋਟ ਮਿਲ ਜਾਂਦੀਆਂ ਨੇ ਪਹਿਲਾਂ ਤਾਂ ਬਥੇਰੇ ਵਾਅਦੇ ਕਰ ਦਿੰਦੇ ਅਸੀਂ ਇਹ ਕਰੂੰਗੇ ਉਹ ਕਰੂੰਗੇ, ਜਦ ਵੋਟ ਬਣ ਜਾਂਦਾ ਫਿਰ ਉਸ ਤੋਂ ਬਾਅਦ ਕੋਈ ਨਹੀਂ ਪੁੱਛਦਾ ਗਰੀਬਾਂ ਨੂੰ। ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਫੋਨ ਦੇਣਾ ਇੱਕ ਜ਼ਰੂਰੀ ਮੁੱਦਾ ਹੈ ਬਾਕੀਆਂ ਨੂੰ ਛੱਡ ਕੇ? ਨਹੀਂ, ਮੇਰੇ ਅਕੋਰਡਿੰਗ ਤਾਂ ਨਹੀਂ, ਬਾਕੀ ਜਿਹੜੇ ਬਾਕੀ ਕੰਮ ਨੇ ਪਹਿਲਾਂ ਪੰਜਾਬ ਸਰਕਾਰ ਨੂੰ ਉਹ ਕੰਮ ਕਰਨੇ ਚਾਹੀਦੇ ਨੇ, ਬਾਅਦ 'ਚ ਫਿਰ ਇਹ ਸੋਚਣਾ ਚਾਹੀਦਾ। ਬਾਕੀ ਕੰਮ ਜਿਵੇਂ ਜਿਵੇਂ ਫਾਰਮਰਸ ਮੈਂ ਜਿਵੇਂ ਕਿ ਉਹਨਾਂ ਨੂੰ ਕਿ ਉਹਨਾਂ ਦੇ ਜਿਹੜੇ ਹੁੰਦੇ ਉਹਨਾਂ ਨੂੰ ਮਤਲਬ ਕਿ ਉਹਨਾਂ ਦੀ ਫਸਲ ਦੇ ਅਕੋਰਡਿੰਗ ਉਹਨਾਂ ਨੂੰ ਸਭ ਕੁਛ ਨਹੀਂ ਮਿਲਦਾ ਹੈਗਾ, ਹਰੇਕ ਚੀਜ਼ ਪ੍ਰੋਵਾਈਡ ਨਹੀਂ ਕੀਤੀ ਜਾਂਦੀ, ਸਰਕਾਰ ਨੂੰ ਪਹਿਲਾਂ ਉਹਨਾਂ ਬਾਰੇ ਸੋਚਣਾ ਚਾਹੀਦਾ ਜਿਹਨਾਂ ਕਰਕੇ ਮਤਲਬ ਅਸੀਂ ਹਰੇਕ ਬੰਦਾ ਜਿਉਂਦਾ। ਸੋ ਇਹ ਪੰਜਾਬ ਦੀਆਂ ਕੁੜੀਆਂ ਸੀਗੀਆਂ, ਇਹਨਾਂ ਨੇ ਆਪਣੇ ਵਿਊਜ਼ ਦਿੱਤੇ ਸਰਕਾਰ ਦੇ ਸਮਾਰਟਫੋਨ ਬਾਰੇ, ਇਹੀ ਕਿਹਾ ਕਿ ਸਰਕਾਰ ਦਾ ਇਹ ਜਿਹੜਾ ਸਟੰਟ ਹੈ ਇਹ ਸਿਆਸੀ ਸਟੰਟ ਹੈ, ਅਤੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਹੈ, ਕਿਉਂਕਿ ਜੇਕਰ ਵਾਕਈ ਦੇ ਵਿੱਚ ਸਰਕਾਰ ਆਪਣੇ ਇਸ ਫੈਸਲੇ ਨੂੰ ਲੈ ਕੇ ਸੰਜੀਦਾ ਹੁੰਦੀ, ਗੰਭੀਰ ਹੁੰਦੀ, ਤਾਂ ਫਿਰ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਸਰਕਾਰ ਦਾ ਸਭ ਤੋਂ ਪਹਿਲਾ ਫੈਸਲਾ ਫੋਨ ਦੇਣਾ ਹੀ ਹੋਣਾ ਚਾਹੀਦਾ ਸੀ। ਖੈਰ ਦੇਰ ਆਏ ਦਰੁਸਤ ਆਏ, ਪਰ ਅਜੇ ਵੀ ਜਿਹੜੇ ਆ ਫੋਨ ਦਿੱਤੇ ਨਹੀਂ ਗਏ, ਅਨੁਮਾਨ ਹੀ ਲਗਾਇਆ ਜਾ ਰਿਹਾ ਕਿ ਮਾਰਚ ਦੇ ਮਹੀਨੇ ਦੇ ਵਿੱਚ ਸ਼ੁਰੂਆਤ ਹੋ ਸਕਦੀ ਹੈ ਸਮਾਰਟਫੋਨ ਦੇਣ ਦੀ, ਪਰ ਹੁਣ ਦੇਖਣਾ ਹੋਵੇਗਾ ਕਿ ਕਿੰਨੇ ਕੁ ਲੋਕ ਜਿਨ੍ਹਾਂ ਨੇ ਫੋਰਮ ਭਰੇ ਸੀ ਕਿ ਉਹਨਾਂ ਸਾਰੇ ਲੋਕਾਂ ਨੂੰ ਸਮਾਰਟਫੋਨ ਮਿਲਦਾ ਹੈ, ਸਾਰੇ ਲੋਕ ਕੈਪਟਨ ਦੀਆਂ ਸਮਾਰਟ ਸ਼ਰਤਾਂ ਨੂੰ ਜਿਹੜਾ ਹੈ ਉਹ ਪੂਰਾ ਕਰ ਪਾਉਂਦੇ ਨੇ, ਜਾਂ ਫਿਰ ਐਵੇਂ ਜਿਨ੍ਹਾਂ ਨੇ ਫੋਰਮ ਭਰੇ ਸੀ ਉਹਨਾਂ ਦੇ ਹੱਥ ਜਿਹੜੇ ਆ ਉਹ ਖਾਲੀ ਰਹਿ ਜਾਣਗੇ। ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੇਂ ਵਿਸ਼ੇ ਦੇ ਉੱਪਰ ਕਰਾਂਗੇ ਗੱਲਬਾਤ। ਫਿਲਹਾਲ ਮੈਨੂੰ ਯਾਨੀ ਅੰਮ੍ਰਿਤ ਵਿਰਦੀ ਨੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।